जस टीवी देख रहे हो तुसीं, मैं केपी सिंह तुहाडा स्वागत करता हां। पंजाब दे विच सरकारी मुलाजमान दा डोप टैसट होवेगा। पंजाब दे मुख्यमंत्री दे इस ऐलान तो बाद पंजाब दी सियासत जिहड़ी ओह तप गई हैगी है। इस सियासत दे विचाले कई विधायक आ जिहड़े अपने पद्धर ते डोप टैसट करवाउण पहुंच गए आ। कई कैबिनेट मंत्री भी शामिल हैगे इहनां विच, उहनां डोप टैसट तृप्त रजिंदर बाजवा हरा दा हो नहीं सकिया। इस तों इलावा आम आदमी पार्टी दे विधायक हैगे जिन्हां ने डोप टैसट करवाया हैगा। कांग्रेस दे कुछ होर विधायक भी हैगे जिन्हां ने डोप टैसट करवाया, ते उस डोप टैसट दी की रिपोर्ट आवेगी ਉਹ ਇੱਕ ਵੱਖਰਾ ਸਵਾਲ ਹੈਗਾ। ਪਰ ਸਾਡਾ ਸਵਾਲ ਇੱਕੋ ਹੀ ਹੈ, ਡੋਪ ਟੈਸਟ ਤੇ ਪਬਲਿਸਿਟੀ ਸਟੰਟ ਕਿਉਂ? ਸਵਾਲ ਇਹ ਪੁੱਛਿਆ ਜਾ ਰਿਹਾ, ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਵੇ ਤੇ ਸਿਆਸਤ ਦਾ ਕਿਉਂ ਨਾ ਹੋਵੇ, ਸਿਆਸਤਦਾਨਾਂ ਦਾ ਕਿਉਂ ਨਾ ਹੋਵੇ? ਇਸ ਦੇ ਵਿਚਾਲੇ ਬਹਿਸ ਅਸੀਂ ਕਿਉਂ ਕਰ ਰਹੇ ਹਾਂ? ਟੂ ਦਾ ਪੁਆਇੰਟ ਵਿੱਚ ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਸਿਆਸਤ ਦਾ ਡੋਪ ਟੈਸਟ ਹੋਣਾ ਚਾਹੀਦਾ। ਕੈਪਟਨ ਦੇ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਦੇ ਐਲਾਨ ਤੋਂ ਬਾਅਦ ਸਿਆਸਤ ਪੱਕੀ ਹੈ। ਆਪ ਤੇ ਕਾਂਗਰਸ ਦੇ ਕਈ ਵਿਧਾਇਕ ਡੋਪ ਟੈਸਟ ਕਰਾਉਣ ਹਸਪਤਾਲ ਪਹੁੰਚੇ। ਸਿਆਸਤਦਾਨ ਇੱਕ ਦੂਜੇ ਨੂੰ ਸਲਾਹਾਂ ਦੇਣ ਲੱਗੇ ਆ ਤੇ ਇੱਕ ਦੂਜੇ ਨੂੰ ਡੋਪ ਟੈਸਟ ਦੀ ਚੁਣੌਤੀ ਦੇਣ ਵਿੱਚ ਰੁੱਝ ਗਿਆ। ਪੁਲਿਸ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਲਈ ਡੋਪ ਟੈਸਟ ਹੋਇਆ ਜ਼ਰੂਰੀ। ਹਾਲੇ ਨੋਟੀਫਿਕੇਸ਼ਨ ਹੋਣਾ ਭਰਤੀ ਅਤੇ ਤਰੱਕੀ ਸਮੇਂ ਹਰੇਕ ਪੜਾਅ 'ਤੇ ਹੋਵੇਗਾ ਡੋਪ ਟੈਸਟ। ਸਰਕਾਰੀ ਮੁਲਾਜ਼ਮਾਂ ਨੇ ਨੋਟੀਫਿਕੇਸ਼ਨ 'ਚ ਸਿਆਸੀ ਆਗੂਆਂ ਦੇ ਟੈਸਟ ਦੀ ਵੀ ਮੰਗ ਰੱਖ ਦਿੱਤੀ ਹੈਗੀ। ਉਹ ਕਹਿੰਦੇ ਅਸੀਂ ਇਕੱਲੇ ਕਿਉਂ ਦਈਏ ਡੋਪ ਟੈਸਟ, ਸਿਆਸਤ ਦਾ ਵੀ ਹੋਵੇ ਡੋਪ ਟੈਸਟ। ਅਤੇ ਸਭ ਦੇ ਵਿਚਾਲੇ ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈਏ। ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਮੈਨੂੰ ਪਹਿਲਾਂ ਆਪਣਾ ਕਰਾਉਣਾ ਚਾਹੀਦਾ ਬਜਾਏ ਕਿ ਮੈਂ ਕਿਸੇ ਨੂੰ ਸਜੈਸਟ ਕਰਾਂ। ਮੈਂ ਉਹ ਕਰਾਉਣ ਲਈ ਅੱਜ ਆਇਆ। ਮੇਰੀ ਕੁਝ ਮੈਨੂੰ ਕੀ ਟ੍ਰਾਈ ਐਨਰਜੀ ਆ, ਮੈਨੂੰ ਨਹੀਂ ਪਤਾ ਬਿਮਾਰੀ ਕੀ ਹੈਗਾ, ਰੈਸ਼ ਹੈ, ਦੰਦ ਦਾ ਇਲਾਜ ਚੱਲ ਰਿਹਾ, ਬੁੱਲ ਤੁਸੀਂ ਸੁਜਿਆ ਦੇਖ ਰਹੇ ਹੋ, ਇਹਦੀਆਂ ਦਵਾਈਆਂ ਚੱਲ ਰਹੀਆਂ। ਇਹਨਾਂ ਮੈਨੂੰ ਮੰਡੇ ਦਾ ਟਾਈਮ ਦਿੱਤਾ। ਹਾਂ, ਮੈਂ ਕੋਸ਼ਿਸ਼ ਕਰਾਂ ਮੰਡੇ, ਨਹੀਂ ਤਾਂ ਮੈਂ ਕਾਦੀ ਆਉਣਾ, ਮੈਂ ਵੈਨਸਡੇ ਇੱਥੇ ਆ ਕੇ ਟੈਸਟ ਕਰਾਂ। ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਇੱਕ ਫੈਸਲਾ ਸੁਣਾਇਆ ਕਿ ਸਾਰੇ ਜੋ ਸਰਕਾਰੀ ਮੁਲਾਜ਼ਮ ਹੈ ਉਨ੍ਹਾਂ ਡੋਪ ਟੈਸਟ ਹੋਣੇ ਚਾਹੀਏ। ਮੈਂ ਉਮੀਦ ਤੋਂ ਇਹ ਕਰਤਾ ਥਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਏਗੇ, ਟੈਸਟ ਕਰਾਏਗੇ, ਔਰ ਉਸੇ ਇੱਕ ਬੜਾ ਕਲੀਅਰ ਐਂਡ ਲਾਊਡ ਮੈਸੇਜ ਬੜਾ ਨੀਚੇ ਤੱਕ ਚਲਾ ਜਾਏਗਾ, ਹਰ ਕੋਈ ਆਪਣੇ ਆਪ ਡੋਪ ਟੈਸਟ ਕਰਾਏਗਾ। ਜੋ ਵੀ MLA ਜਾਂ ਮਿਨਿਸਟਰ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ, ਉਹ ਨਹੀਂ ਆਏ ਕੋਈ ਬਾਤ ਨਹੀਂ। ਆਮ ਆਦਮੀ ਪਾਰਟੀ ਪੰਜਾਬ ਕੇ ਨੌਜਵਾਨੋ ਕਿ ਜਿਸ ਤਰ੍ਹਾਂ ਸੇ ਆਜ ਖਤਮ ਹੋ ਰਹੇ ਹੈ, ਉਸਕੋ ਉਸਕੇ ਲਈ ਇੱਕ ਬੜੀ ਮੁਹਿੰਮ ਹਮਨੇ ਛੇੜੀ ਹੋਈ ਹੈ। ਮੈਂ ਸਮਝਦਾ ਹੂੰ ਕਿ ਮੈਨੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਸਭਸੇ ਪਹਿਲੇ ਮੈਨੇ ਆਪਣੇ ਆਪ ਕੋ ਆਫਰ ਕੀਆ, ਔਰ ਆਜ ਆ ਕੇ ਮੈਂ ਇਹ ਡੋਪ ਟੈਸਟ ਕਰਾ ਕੇ ਜਾ ਰਹਾ ਹੂੰ। ਮੈਂ ਸਮਝਦਾ ਹੂੰ ਕਿ ਕੈਪਟਨ ਅਮਰਿੰਦਰ ਸਿੰਘ ਉਨਕੇ ਸਭੀ ਮਿਨਿਸਟਰਸ ਕੋ, ਪੁਲਿਸ ਕੇ ਜੋ ਆਲਾ ਅਧਿਕਾਰੀ ਹੈ ਉਨ ਸਭ ਕੋ ਡੋਪ ਟੈਸਟ ਕਰਾਉਣਾ ਚਾਹੀਏ। ਇਹ ਤਾਂ ਵੇਖੋ ਜੀ, ਪਤਾ ਨਹੀਂ ਕਿ ਸਾਰੇ ਮਿਨਿਸਟਰਾਂ ਦਾ ਵੀ ਕਰਨਗੇ ਕਿ ਨਹੀਂ ਕਰਨਗੇ। ਜੇ ਸਾਰਿਆਂ ਦਾ ਕਰਦੇ ਆ ਤਾਂ ਫਿਰ ਮੰਤਰੀਆਂ ਦਾ, MLAਆਂ ਦਾ, MPਆਂ ਦਾ, ਫਿਰ ਉਹਨਾਂ ਦਾ ਵੀ ਕਰਨਾ ਚਾਹੀਦਾ। ਕੀ ਫਰਕ ਪਊਗਾ ਜੀ ਇਹਦੇ ਨਾਲ? ਉਹ ਇੱਕ ਇਹ ਹੈ ਕਿ ਸਰਕਾਰ ਇਹ ਸ਼ੋਅ ਕਰਨਾ ਚਾਹੁੰਦੀ ਹੈ ਕਿ ਅਸੀਂ ਐਕਟਿਵਲੀ ਧਿਆਨ ਦੇ ਰਹੇ ਹਾਂ, ਲੋਕਾਂ ਨੂੰ ਹੋਰ ਇਹਦਾ ਕੁਛ ਨਹੀਂ ਹੋਣਾ। ਸਵਾਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਕਰਨੀ ਚਾਹੀਦੀਆਂ, ਨਸ਼ੇ ਕਿਉਂ ਹੋ ਰਹੇ ਨੇ? ਇਹਦਾ ਮੁੱਖ ਕਾਰਨ ਹੈ ਫਰਸਟ੍ਰੇਸ਼ਨ। ਨਸ਼ਾ ਉਦੋਂ ਪੀਣ ਲੱਗਦੇ ਬੱਚੇ ਜਦੋਂ ਫਰਸਟ੍ਰੇਸ਼ਨ ਹੁੰਦੇ ਹੈ, ਨੌਕਰੀ ਨਹੀਂ ਮਿਲਦੀ, ਰੁਜ਼ਗਾਰ ਨਹੀਂ ਮਿਲਦਾ। ਹੋਣਾ ਚਾਹੀਦਾ ਮੰਤਰੀਆਂ ਵਿਧਾਇਕਾਂ ਦਾ। ਥੈਂਕ ਯੂ ਵੈਰੀ ਮੱਚ। ਹਰ ਸਵਾਲ ਕਾ ਜਵਾਬ ਨਹੀਂ ਹੋਤਾ, ਹਰ ਚਿਹਰਾ ਲਾਜਵਾਬ ਨਹੀਂ ਹੋਤਾ, ਖਤਰਾ ਜਾ ਕੇ ਹਰ ਗੁਲ ਪੇ ਬੈਠਤਾ ਹੈ, ਹਰ ਗੁਲ ਗੁਲਾਬ ਤੋਂ ਨਹੀਂ। ਡੋਪ ਟੈਸਟ ਹੋਣਾ ਚਾਹੀਦਾ ਮੰਤਰੀਆਂ ਵਿਧਾਇਕਾਂ ਦਾ। ਥੈਂਕ ਯੂ ਵੈਰੀ ਮੱਚ। ਹਰ ਸਵਾਲ ਕਾ ਜਵਾਬ ਨਹੀਂ ਹੋਤਾ, ਹਰ ਚਿਹਰਾ ਲਾਜਵਾਬ ਨਹੀਂ ਹੋਤਾ, ਖਤਰਾ ਜਾ ਕੇ ਹਰ ਗੁਲ ਪੇ ਬੈਠਤਾ ਹੈ। ਜਿਵੇਂ ਟੈਰਰਿਸਟ ਹੈ, ਟੈਰਰਿਸਟ ਕਿਸੇ ਧਰਮ ਦਾ ਨਹੀਂ ਹੁੰਦਾ। ਆਹ ਨਸ਼ੇ ਵਾਲੇ ਕਿਸੇ ਪਾਰਟੀ ਦੇ ਨਹੀਂ, ਕਿਸੇ ਧਰਮ ਦੇ ਨਹੀਂ, ਆਹ ਆਪਣੇ ਸਾਰੇ ਲੋਕਾਂ ਦੇ, ਨੌਜਵਾਨਾਂ ਦੇ ਦੁਸ਼ਮਣ ਹੈ। ਅਤੇ ਮੈਂ ਇਹਨਾਂ ਨੂੰ ਆਹੀ ਕਹਿੰਦਾ ਕਿ ਪੋਲੀਟਿਕਸ ਨਾ ਖੇਡੋ ਤੁਸੀਂ। ਜੇ ਤਾਂ ਇਕੱਲਾ ਨਿਸ਼ਾਨਾ ਪੋਲੀਟਿਕਸ ਦਾ ਹੈ, ਫਿਰ ਪੋਲੀਟਿਕਸ ਖੇਡਣੀ ਸਾਨੂੰ ਵੀ ਆਉਂਦੀ ਹੈ ਅਤੇ ਤੁਹਾਨੂੰ ਵੀ ਆਉਂਦੀ। ਅਸੀਂ ਵੀ 100 ਚੀਜ਼ਾਂ ਕੈਪਟਨ ਸਾਹਿਬ ਦੇ ਖਿਲਾਫ ਕਹਿ ਸਕਦੇ ਹਾਂ, ਪਰ ਮੇਰਾ ਪਰਪਸ ਪੋਲੀਟਿਕਸ ਖੇਡਣਾ ਨਹੀਂ ਹੈ। ਮੇਰਾ ਪਰਪਸ ਹੈ ਕਿ ਆਪਾਂ ਕਿਵੇਂ ਨਾ ਕਿਵੇਂ ਆ ਬਿਮਾਰੀ ਨੂੰ ਹੱਲ ਕਰੀਏ। ਆ ਬਿਮਾਰੀ ਹੱਲ ਹੋ ਸਕਦੀ ਹੈ ਜੇ ਸਾਰੇ ਇਕੱਠੇ ਹੋ ਜਾਈਏ। ਤੁਹਾਨੂੰ ਲੱਗਦਾ ਆਲ ਪਾਰਟੀ ਮੀਟਿੰਗ? ਮੈਂ ਕਹਿੰਦਾ ਕਿ ਇਕੱਲੇ ਆਲ ਪਾਰਟੀ ਨਹੀਂ, ਆਲ ਰਿਲੀਜੀਅਸ ਪਾਰਟੀ ਔਰ ਰਿਲੀਜੀਅਸ ਆਰਗੇਨਾਈਜੇਸ਼ਨ, ਸਾਰੀਆਂ ਜਿਹੜੀ ਸੋਸ਼ਲ ਵੈਲ ਆਰਗੇਨਾਈਜੇਸ਼ਨ, ਦੇ ਸ਼ੁਡ ਬਿਕਮ ਅ ਕਮ ਅੰਡਰ ਵਨ ਪਲੇਟਫਾਰਮ ਵਿਦ ਵਨ ਮਿਸ਼ਨ, ਐਂਡ ਵੀ ਸ਼ੁਡ ਫਾਈਟ ਨੋਟ ਈਚ ਅਦਰ, ਵੀ ਸ਼ੁਡ ਫਾਈਟ ਦ ਐਨਮੀ। ਆਪਾਂ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ, ਜਿਹੜੇ ਦੁਸ਼ਮਣ ਜਿਹੜਾ ਸਾਹਮਣੇ ਕਰਦਾ ਉਹਨੂੰ ਕੁਛ ਨਹੀਂ ਕਹਿ ਰਹੇ। ਆਪਾਂ ਆਪਣੇ ਆਪ ਦੀ ਲੜਾਈ ਬੰਦ ਕਰੋ, ਬਹੁਤ ਕਰ ਲਈ, 10 ਸਾਲ ਕਰ ਲਈ, ਇੰਨੇ ਸਾਲ ਕਰ ਲਈ, ਹੁਣ ਆਪਾਂ ਦੁਸ਼ਮਣ ਦੇ ਖਿਲਾਫ ਲੜਦੇ ਹਾਂ। ਸਵਾਲ ਇੱਕੋ ਪੁੱਛਿਆ ਜਾਵੇਗਾ, ਸਵਾਲ ਇਹ ਪੁੱਛਿਆ ਜਾਵੇਗਾ, ਸਿਆਸੀ ਆਗੂਆਂ ਨੂੰ ਡੋਪ ਟੈਸਟ ਵਿੱਚ ਪਬਲਿਸਿਟੀ ਸਟੰਟ ਕਿਉਂ ਨਜ਼ਰ ਆਉਂਦਾ? ਇਸੇ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਔਰ ਤੁਹਾਡਾ ਤਾਰਫ ਕਰਾ ਰਿਹਾ, ਸ਼ਸ਼ੀਕਾਂਤ, ਸਾਬਕਾ DGP ਨੇ ਜੇਲ੍ਹਾਂ 'ਤੇ। ਸ਼ਸ਼ੀਕਾਂਤ ਜੀ ਬਹੁਤ ਸਵਾਗਤ ਹੈ ਤੁਹਾਡਾ। ਹਰਦੀਪ ਕਿੰਕਰਾ ਕਾਂਗਰਸ ਤੋਂ ਨੇ,
ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਨੇ, ਜਸਤੇਜ ਸਿੰਘ ਆਮ ਆਦਮੀ ਪਾਰਟੀ ਤੋਂ ਨੇ, ਡਾਕਟਰ ਪਹਿਲਾ ਗਰਗ ਹੈਲਥ ਐਕਸਪਰਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਹਰਦੀਪ ਸਿੰਘ ਕਿੰਗਰਾ ਤੁਹਾਨੂੰ ਕਰਨਾ ਚਾਹੂੰਗਾ। ਹਰਦੀਪ ਸਿੰਘ ਕਿੰਗਰਾ, ਡੋਪ ਟੈਸਟ ਦੀ ਗੱਲ ਕਹਿ ਕੇ ਕੀ ਇਹ ਪੂਰਾ ਮਾਮਲਾ ਜਿਹੜੀ ਲਹਿਰ ਛੇੜੀ ਗਈ ਸੀ ਉਸਨੂੰ ਡੀਰੇਲ ਤਾਂ ਨਹੀਂ ਕਰ ਦਿੱਤਾ ਗਿਆ? ਨਹੀਂ, ਇਹਦੇ 'ਚ ਇਹ ਹੈ ਕਿ ਵੀ ਕੋਈ ਡੀਰੇਲ ਨਹੀਂ ਕੀਤਾ ਗਾ। ਜਦੋਂ ਵੀ ਤੁਸੀਂ ਇੱਕ ਬਹੁਤ ਵੱਡੀ ਮੁਹਿੰਮ ਚਲਾਉਂਦੇ ਹੋ ਤਾਂ ਜਿਹੜੇ ਲੀਡਰਸ਼ਿਪ ਹੈ ਉਹਨਾਂ ਨੂੰ ਉੱਭਰ ਕੇ ਸਾਹਮਣੇ ਆਉਣਾ ਪੈਂਦਾ ਹੈਗਾ। ਇਸ ਕਰਕੇ ਇਹ ਜਿਹੜੀ ਐਂਟੀ ਡਰੱਗ ਡਰਾਈਵ ਹੈ ਉਹਦੇ ਵਿੱਚ ਦੇਖੋ, ਤੁਸੀਂ ਦੇਖਿਆ ਪੁਲਿਸ ਆਫੀਸਰਸ ਇਨਵੋਲਵ ਸੀ, ਪੁਲਿਸ ਕੰਸਟੈਬਲਰੀ ਇਨਵੋਲਵ ਸੀ, ਕਈ ਸੀਨੀਅਰ ਅਫਸਰ ਇਨਵੋਲਵ ਹੈਗੇ ਹੈ। ਤੁਸੀਂ ਇੱਕ ਵਾਰ ਲਾਰਡਸ ਇੱਕ ਮੂਵੀ ਦੇਖੀ ਹੋਣੀ ਆ ਨਿਕੋਲਸ ਕੇਜ ਦੀ, ਅਮਰੀਕਾ ਦੇ ਵਿੱਚ ਬਹੁਤ ਹੀ ਵਾਰੀ ਕੀ ਹੁੰਦਾ ਜਿਹੜੇ ਡੋਪ ਦੇ ਟ੍ਰੇਡ ਦੇ ਵਿੱਚ ਲੋਕ ਇਨਵੋਲਵ ਹੁੰਦੇ ਆ ਉਹ ਆਪ ਵੀ ਜਿਹੜੀ ਹੈ ਉਹ ਡਰੱਗ ਲੈਣ ਲੱਗ ਜਾਂਦੇ ਆ ਹੌਲੀ 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 ਟੇਸਟ ਕਰਦੇ ਕਰਦੇ। ਇਸ ਕਰਕੇ ਕੋਈ ਹਰਜ ਨਹੀਂ ਗਾ ਜੇ ਡੋਪ, ਪਹਿਲੀ ਗੱਲ ਤਾਂ ਡੋਪ ਕੀ ਹੈ, ਐਨੀ ਪ੍ਰੋਹਿਬਿਟਿਡ ਸਬਸਟਾਂਸ ਇਜ਼ ਏ ਡੋਪ। ਡੋਪ ਦੀ ਡੈਫੀਨੇਸ਼ਨ ਇਹ ਨਹੀਂ ਹੈ ਕਿ ਜਿਹੜੀ ਤੁਸੀਂ ਦਵਾਈ ਲੈਂਦੇ ਹੋ ਉਹ ਡੋਪ ਹੈ, ਨੋ, ਐਨੀ ਸਬਸਟਾਂਸ ਵਿਚ ਇਜ਼ ਲੀਗਲੀ ਪ੍ਰੋਹਿਬਿਟਿਡ ਇਜ਼ ਕਾਲਡ ਏ ਡੋਪ, ਵਿਚ ਇਜ਼ ਲੀਗਲੀ ਅਲਾਊਡ। ਇਟ ਮੇ ਬੀ ਨਸ਼ੇ ਵਾਲੀ ਦਵਾਈ ਬਟ ਇਟ ਇਜ਼ ਨੋਟ ਕਾਲਡ ਐਜ਼ ਏ ਡੋਪ। ਸੋ ਡੋਪ ਟੈਸਟ ਹੋਣਾ ਜਿਹੜਾ ਕੋਈ ਮਾੜੀ ਗੱਲ ਨਹੀਂ ਹੈ, ਜਿੱਥੇ ਪੁਲਿਸ ਦਾ ਹੋਏਗਾ, ਅਧਿਕਾਰੀਆਂ ਦਾ ਹੋਏਗਾ, ਆਲ ਇੰਡੀਆ ਸਰਵਿਸ ਦਾ, IAS IPS ਤੇ ਸਰਕਾਰੀ ਮੁਲਾਜ਼ਮ ਕਹਿ ਰਿਹਾ ਸਿਆਸਤਦਾਨਾਂ ਦਾ ਵੀ ਨਹੀਂ। ਮੈਂ ਤੁਹਾਨੂੰ ਦੱਸਦਾ IAS IPS IFS ਅਫਸਰਾਂ ਦਾ ਇਹ ਅਪ੍ਰੈਲ ਤੋਂ ਪਹਿਲਾਂ ਮੈਡੀਕਲ ਜਿਹੜਾ ਕੰਪਲਸਰੀ ਹੈ ਉਹਦੀ ਰਿਪੋਰਟ ਜਿਹੜੀ ਹੈ ACR ਦੇ ਨਾਲ ਲੱਗਦੀ ਹੈ। ਉੱਥੇ ਡੋਪ ਸਾਹਿਬ ਸਰਕਾਰੀ ਮੁਲਾਜ਼ਮ ਇਹ ਕਹਿ ਰਿਹਾ ਕਿ ਸਿਆਸਤਦਾਨਾਂ ਨਾਲ ਡੋਪ ਟੈਸਟ ਕਿਉਂ ਨਾ ਹੋਵੇ। ਮੈਂ ਤਾਂ ਕਹਿੰਦਾ ਬਿਲਕੁਲ ਹੋਣਾ ਚਾਹੀਦਾ, ਜਿਹੜਾ ਵੀ ਬੰਦਾ ਪਬਲਿਕ ਲਾਈਫ 'ਚ ਹੈ ਉਹ ਨੋਟੀਫਿਕੇਸ਼ਨ ਵਿੱਚ ਆ ਰਿਹਾ, ਜਿਹੜਾ ਬੰਦਾ ਉਹ ਨੋਟੀਫਿਕੇਸ਼ਨ ਵਿੱਚ ਆਵੇਗਾ, ਬਿਲਕੁਲ ਆਉਣਾ ਚਾਹੀਦਾ। ਕਿਉਂ ਲੈ ਕੇ ਆਊਗਾ, ਕੌਣ ਲੈ ਕੇ ਆਊਗਾ ਲਾਈਫ 'ਚ ਹੈ, ਜਦੋਂ ਅਨਾਊਂਸਮੈਂਟ ਹੋ ਰਹੀ ਹੈ ਜਿਹੜੀ ਸਿੰਗਰ ਜੋ ਅਨਾਊਂਸਮੈਂਟ ਹੋ ਰਹੀ ਉਹਦੇ ਕਰ ਦੋ ਨਾ, ਜਿਹੜੀ ਸਰਕਾਰ ਉਹਦੇ ਕਰ ਦੋ, ਸਾਰਿਆਂ ਦਾ ਮਾਇਲੇ ਲੈਣ ਨੂੰ ਫਿਰਦੇ ਆ ਸਾਰੇ ਅਫਸਰਾਂ 'ਚ ਪਹੁੰਚ ਜਾਂਦੇ। ਬਹੁਤ ਵਾਰੀ ਇੱਥੇ TV ਤੇ ਕਿਹਾ ਸੀ ਉਹ DSP ਨੂੰ ਮਤਲਬ ਕਿਉਂ ਨਹੀਂ ਕਰਦੇ, ਉਹ ਵੀ ਕਰ ਦਿੱਤਾ, ਆਹ ਕਿਉਂ ਨਹੀਂ ਕਰਦੇ, ਉਹ ਵੀ ਕਰ ਦਿੱਤਾ, SP ਮੋਗਾ ਕਿਉਂ ਨਹੀਂ ਸ਼ਿਫਟ ਹੁੰਦਾ, ਉਹ ਵੀ ਹੋ ਗਿਆ। ਜਦੋਂ ਕਿਸੇ ਪਾਸੇ ਤੁਰਦੇ ਆ ਨਾ ਤੇ ਰਾਹ ਦੇ ਰੋੜੇ ਸਾਫ਼ ਕਰਨ ਲੱਗਿਆ, ਇੱਕ ਇੱਕ ਕਰਕੇ ਸਾਰੇ ਹੁੰਦੇ ਰਹਿੰਦੇ ਆ। ਇਹ ਨਹੀਂ ਕਿ ਆਪਾਂ ਇਕੱਠੇ ਹੀ ਸਾਰੇ ਰੋੜੇ ਸਾਫ਼ ਕਰ ਸਕਦੇ, ਪਾਰਟੀ ਮਾਇਲੇ ਲੈਣ ਨੂੰ ਫਿਰਦੀ ਆ। ਪ੍ਰਧਾਨਾਂ ਦਾ ਪਹਿਲਾਂ ਤਾਂ ਪਾਰਟੀ ਜਿੱਦਾਂ ਹੋਣਾ ਚਾਹੀਦਾ ਡੋਪ ਟੈਸਟ ਸਾਰਿਆਂ ਦਾ। ਜਿਹੜੇ ਬਾਜਵਾ ਸਾਹਿਬ ਨੇ ਇਹਨਾਂ ਦੇ, ਉਹਨਾਂ ਨੇ ਜਦੋਂ ਇਹ ਗੱਲ ਕੀਤੀ ਤਾਂ ਮੇਰੇ ਵੀ ਮਾਇੰਡ 'ਚ ਆਇਆ ਸੀਗਾ ਕਿ ਵੀ ਜੇ ਸਭ ਤੋਂ ਪਹਿਲੀ ਜਿਹੜੀ ਡਾਇਰੈਕਸ਼ਨ ਆਈ ਸੀਗੀ ਉਹ ਕੈਪਟਨ ਸਾਹਿਬ ਦੇ ਮੂੰਹ ਆਈ ਸੀ, ਅਤੇ ਪਹਿਲੀ ਗੱਲ ਤਾਂ ਕੈਪਟਨ ਸਾਹਿਬ ਨੂੰ ਆਪਣੇ ਆਪ ਨੂੰ ਪਹਿਲਾਂ ਔਫਰ ਕਰਨਾ ਚਾਹੀਦਾ ਸੀਗਾ। ਅਤੇ ਦੂਜੀ ਗੱਲ, ਉਸ ਤੋਂ ਬਾਅਦ ਜਦੋਂ ਬਾਜਵਾ ਸਾਹਿਬ ਨੇ ਕਿਹਾ, ਉਸ ਤੋਂ ਬਾਅਦ ਪਤਾ ਨਹੀਂ ਕੋਈ ਹੋਏਗਾ ਮੈਡੀਕਲ ਰੀਜ਼ਨ ਜਿਹਦੇ ਕਰਕੇ ਉਹਨਾਂ ਦਾ ਨਹੀਂ ਹੋਇਆ, ਪਰ ਅੱਜ ਸਵੇਰੇ ਇਨਫੈਕਟ ਅਮਨ ਅਰੋੜਾ ਜੀ ਨਾਲ ਇੱਕ ਮੇਰੀ ਮੀਟਿੰਗ ਸੀਗੀ, ਅਤੇ ਉਹ ਮੀਟਿੰਗ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਮੀਟਿੰਗ ਆ ਸਾਨੂੰ ਪੋਸਟਪੋਨ ਕਰ ਰਹੇ ਕਿਉਂਕਿ ਉਹ ਡੋਪ ਟੈਸਟ ਵਾਸਤੇ ਜਾ ਰਹੇ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਇੱਥੇ ਗੱਲ ਹੋ ਰਹੀ ਸੀ ਡੋਪ ਟੈਸਟ ਦੀ, ਅਤੇ ਮੈਨੂੰ ਕਹਿੰਦੇ ਜੀ ਕਦੋਂ ਕਰਵਾਓਗੇ? ਮੈਂ ਕਿਹਾ ਚਲੋ ਜੀ ਹੁਣੇ ਕਰਵਾਓ, ਅਤੇ ਹੀ ਐਕਚੁਅਲੀ ਇਵੈਂਟ, ਠੀਕ ਹੈ, ਇਟ ਵਾਜ਼ ਨੋਟ, ਕਿਸੇ ਨੇ ਕੋਈ ਐਜ਼ ਅ ਚੈਲੰਜ ਨਹੀਂ ਸੀਗਾ ਉੱਥੇ, ਕਿਸੇ ਨੇ ਕਿਹਾ ਹਾਂਜੀ ਕਦੋਂ ਚੈਲੰਜ ਹੈ ਫਿਰ ਉਹ ਅਸੈਪਟ ਕਰ ਲਓ ਨਾ, ਚੈਲੰਜ ਭਗਵੰਤਮਾਨ ਨੂੰ ਦਿੱਤਾ ਜਾ ਰਿਹਾ ਹੈ, ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ, ਮੈਂ ਆ ਰਿਹਾ, ਪਲੀਜ਼ ਪਲੀਜ਼ ਆ ਰਿਹਾ, ਗੱਲ ਤਾਂ ਸੁਣ ਲਓ, ਸਾਡਾ ਪ੍ਰੈਸ ਨੋਟ ਵੀ ਚਲੇ ਗਿਆ, ਅਸੀਂ ਸਾਰੇ ਤਿਆਰ ਹਾਂ, ਠੀਕ ਹੈ, ਐਵਰੀ ਈਚ ਐਂਡ ਐਵਰੀਵਨ। ਮੈਂ ਇਹ ਕਹਿ ਰਿਹਾ ਅਮਨ ਅਰੋੜਾ ਜੀ ਨੇ ਕੋਈ ਮਾਈਲੇਜ ਵਾਸਤੇ ਨਹੀਂ ਕੀਤਾ, ਉੱਥੇ ਕਿਸੇ ਨੇ ਸਵਾਲ ਪੁੱਛਿਆ ਜੀ ਕਦੋਂ ਜਾਣਾ, ਕਹਿੰਦੇ ਚਲੋ ਹੁਣੇ ਚਲੋ, ਕਹਿੰਦੇ ਚਲੋ ਜੀ, ਨਹੀਂ ਇੱਕ ਬੰਦੇ ਨੇ ਕਹਿੰਦੇ ਮਾਈਲੇ ਵਾਸਤੇ ਨਹੀਂ ਕੀਤਾ, ਇੱਕ ਵਾਰ ਤੇ ਦੂਜਿਆਂ ਨੂੰ ਸਲਾਹਾਂ ਦਈਆਂ ਨੇ, ਤੁਸੀਂ ਵੀ ਕਰਾਓ। ਹਾਂ ਤੇ ਕਿਉਂ ਨਹੀਂ, ਦੋਨੋਂ ਪਾਸੇ ਚੱਲਦੇ ਪਏ ਨਾ ਤੁਸੀਂ, ਕੀ ਗਲਤ, ਦੋਨੋਂ ਪਾਸੇ ਚੱਲਦੇ ਪਏ ਅਸੀਂ ਗਲਤ ਕਹਿ ਰਹੇ ਹਾਂ? ਸਵਾਲ ਇਹ ਨਹੀਂ ਹੈ ਦੋਨੋਂ ਪਾਸੇ ਚੱਲ ਰਹੇ, ਸਵਾਲ ਹੈ ਕਿ ਕੀ ਅਸੀਂ ਗਲਤ ਕਹਿ ਰਹੇ ਹਾਂ। ਅਸੀਂ ਕਹਿ ਰਹੇ ਸਾਡਾ ਵੀ ਕਰਵਾਓ, ਸੁਖਬੀਰ ਸਿੰਘ ਬਾਦਲ ਦਾ ਵੀ ਕਰਵਾਓ, ਵਿਕਰਮ ਸਿੰਘ ਮਜੀਠੀਆ ਦਾ ਵੀ ਕਰਵਾਓ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤਾਂ ਇਨਫੈਕਟ ਸ਼ੁਰੂ ਕਰਨਾ ਚਾਹੀਦਾ ਸੀਗਾ ਪਹਿਲਾਂ। ਉਹ ਤੁਸੀਂ ਕਿਉਂ ਪਿੱਛੇ ਹੋ ਫਿਰ? ਇਦਾਂ ਜੀ ਵੀ ਇਹਨਾਂ ਦੋਨਾਂ ਦੇ MLA ਚਲੇ ਗਏ, ਤੁਸੀਂ ਕਿਉਂ ਕਰਾਉਂਦੇ ਪਏ? ਤੁਸੀਂ ਤਾਂ ਆਪ MLA ਹੋ, ਤੁਸੀਂ ਵੀ ਜਵਾਬ ਦਿਓ। ਅਸੀਂ ਤਾਂ ਮੈਂ ਤਾਂ ਆਪਣਾ ਦੇਤਾ ਜੀ, ਜਿਹੜਾ ਮੇਰਾ ਮੇਰੇ ਕੋਲ ਆਰਮਸ ਲਾਇਸੈਂਸ ਆ, ਤੇ ਮੈਂ ਆਪਣਾ ਡੋਪ ਟੈਸਟ ਕਰਨ ਵਾਸਤੇ ਉੱਥੇ ਯੂਰਿਨ ਦਾ ਸੈਂਪਲ ਲੈਂਦੇ ਆ। ਕਿੱਥੇ ਕਰਾਏ ਡੋਪ? ਇਨ ਦਾ ਜਲੰਧਰ ਸਿਵਲ ਹਸਪੀਟਲ। ਸਿਵਲ ਹਸਪੀਟਲ, ਇਹ ਤਾਂ ਨਾਰਮਲ ਰੂਟੀਨ ਹੈ, ਬਿਕੋਜ਼ ਜਿਹੜੇ ਲਾਇਸੈਂਸ ਰੀਨਿਊ ਹੁੰਦੇ ਆ ਹੁਣ ਸਰਕਾਰ ਨੇ ਲਾਜ਼ਮੀ ਕਰਤਾ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ, ਕਾਂਗਰਸ ਦੇ ਅਤੇ ਆਮ ਆਦਮੀ ਦੇ ਜਿਹੜੇ ਸਤਿਕਾਰਯੋਗ ਮੈਂਬਰਸ ਨੇ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਊਂਸਮੈਂਟ ਕੀਤੀ ਹੈ ਜੀ ਰਿਗਾਰਡਿੰਗ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਵਾਸਤੇ, ਸ਼ਸ਼ੀ ਕਾਂਤ ਜੀ ਬੈਠੇ ਆ, ਹੀ ਇਜ਼ ਅ ਵੈਰੀ ਸੀਨੀਅਰ ਪੁਲਿਸ ਅਫਸਰ, ਇਹਨਾਂ ਨੇ ਵੀ ਕਾਫੀ ਕੰਮ ਕੀਤਾ ਇੱਥੇ ਡਰੱਗ 'ਤੇ ਪੰਜਾਬ ਵਿੱਚ। ਪਰ ਇਹ ਕਹੂੰਗਾ ਜੀ, ਇਹਨੂੰ ਜਾਂ ਤਾਂ ਆਫ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਡਰੱਗ ਦੇ ਇਸ਼ੂ ਨੂੰ। ਚਲੋ ਪੰਜਾਬ ਪੁਲਿਸ ਇਜ਼ ਵਨ ਡਿਪਾਰਟਮੈਂਟ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਟ ਇਜ਼ ਲਿੰਕਡ ਵਿਦ ਦ ਆਪਣੇ ਡਰੱਗ ਮੈਨੇਜ ਆਫ ਪੰਜਾਬ। ਤੁਹਾਨੂੰ ਇਹ ਲੱਗਦਾ ਵੀ ਡੋਪ ਟੈਸਟ ਦੀ ਗੱਲ ਕਹਿ ਕੇ ਇਹਨਾਂ ਡੀਰੇਲ ਕੀਤਾ? ਬਿਲਕੁਲ ਬਿਲਕੁਲ। ਅੱਛਾ, ਬਾਕੀ ਡਿਪਾਰਟਮੈਂਟ ਜਿਹੜੇ ਪੰਜਾਬ ਦੇ ਆ, ਜਿਹੜੇ ਬਾਕੀ ਮੁਲਾਜ਼ਮ ਆ, ਉਹਨਾਂ ਨੂੰ ਕੀ ਲੋੜ ਪੈ ਗਈ ਸੀ ਕੈਪਟਨ ਅਮਰਿੰਦਰ ਸਿੰਘ
जिन्हों सोसाइटी ने कट्ठे होकर सोसाइटी फेस करना चाहिए। पॉलिटिक्स तो उपर उठ के ना जो आप ब्लेम गेम करिए, मैं कहां भगवंत मान इदा करता है, तुसी कहो फलाना इदा करता है, दैट इज तुहाडे दा लीडर कह रहे हैं, बडाले साहब तुहाडे लीडर कह रहे हैं, तुसी ब्लेम गेम च पए होए हो, इत्थे आके तुसी सारे पद्धर पुरश बन जाने भी असी तां ब्लेम गेम च पैंदे नहीं गे, सारे दे प्रेस रिलीज हुंदी आ, सारे दे बयान हुंदे आ। ए हां जी गल पता की है, जद इक पार्टी दूजे ते इल्जाम लाउंदी आ ते दूसरी पार्टी नूं पहली पार्टी दे बारे भी कहना पैंदा आ, ए आ फिर इत्थे आके सारे सलामा कोई दिंदे आ, मैनूं इक गल नहीं समझ आउंदी, इट शुड बी अबव बोर्ड, पॉलिटिक्स नूं इहदे ड्रग दे विच नहीं इन्वॉल्व करना चाहीदा, सारियां पार्टीज नूं सोसाइटी नूं एनजीओज नूं रिलीजियस इंस्टीट्यूशन नूं सब नूं इकट्ठे होके संत महापुरशां नूं विच लईए आपां ते आपां इहदा हल लभीए। बेसिक हल देखो जी, जे एडियां वड्डियां वड्डियां मूवमेंट्स होईआं पंजाब च, ओह आपणे उहनां नूं ठल पा ली सरकार ने जां पुलिस ने कह लो, ते ड्रग नूं क्यों नहीं ठल पा सकदी पंजाब पुलिस? ठल पै सकदी है, बै सकदी, बिकॉज़ एक छोटा ब्रेक लैणे, ब्रेक तों वापस होणे, ड्रग नूं ठल पै सकदी है, ਇਹ ਲਹਿਰ ਹੈ ਜਿਹੜੀ ਪਹਿਲਾਂ ਕਿਉਂ ਨਹੀਂ ਛੇੜੀ ਗਈ ਜਿਹੜੋ ਪਿਛਲੀ ਸਰਕਾਰ ਸੀ? ਸਵਾਲ ਇਹ ਵੀ ਹੈਗਾ, ਸਵਾਲ ਇਹ ਵੀ ਹੈਗਾ ਕਿ ਸਿਆਸਤ ਦੇ ਇੱਕ ਦੂਜੇ 'ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਪਾਸੇ ਕਰ ਜਾਂਦੀ ਹੈ, ਪਰ ਜਿਹੜੀ ਆਮ ਜਨਤਾ ਹੈਗੀ ਉਹ ਸਵਾਲ ਪੁੱਛਦੀ ਹੈਗੀ ਹੈ, ਡੋਪ ਟੈਸਟ ਜੇ ਸਾਡਾ ਕਰਵਾ ਰਹੇ ਹੋ ਆਪਸ ਵਿੱਚ ਕਿਉਂ ਲੜਦੇ ਪਏ ਹੈਗੇ ਆ, ਜਿਹੜਾ ਸਾਨੂੰ ਡੋਪ ਟੈਸਟ ਲਈ ਮਜਬੂਰ ਕਰਦਾ ਪਿਆ ਹੈਗਾ, ਜਿਹੜਾ ਸਾਨੂੰ ਸਪਲਾਈ ਕਰਦਾ ਪਿਆ ਹੈਗਾ, ਉਹਦੇ ਵਿਰੁੱਧ ਲੜਾਈ ਕਦੋਂ ਲੜੋਗੇ? ਸਵਾਲ ਇਹ ਹੈਗਾ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ ਜ਼ਰੂਰ। ਕਿ ਸਿਆਸੀ ਆਗੂਆਂ ਨੂੰ ਡੋਪ ਟੈਸਟ ਵਿੱਚ ਪਬਲਿਸਿਟੀ ਸਟੰਟ ਕਿਉਂ ਨਜ਼ਰ ਆਉਂਦਾ? ਡਾਕਟਰ ਪਹਿਲਾ ਗਰਗ, ਮੇਰਾ ਸਵਾਲ ਇਹ ਹੈਗਾ ਕਿ ਡੋਪ ਟੈਸਟ ਲਈ ਸਾਡੀ ਸਮਰੱਥਾ ਜਿਹੜੀ ਮੈਡੀਕਲ ਅਫਸਰਾਂ ਦੀ, ਸਾਡੀ ਯੂਨੀਵਰਸਿਟੀ ਦੀ, ਸਾਡੇ ਕਾਲਜਸ ਦੀ, ਉਹ ਸਮਰੱਥਾ ਹੈਗੀ ਆ? ਕਿੰਨੇ ਦੀ ਕਿੱਟ ਆਊਗੀ? ਕੀ ਅਵਾਇਬਲ ਹੈ ਸਾਰਾ ਕੁਛ? ਇਹਦੇ ਵਿੱਚ ਕੋਈ ਨਵਾਂ ਰਾਹ ਤਾਂ ਨਹੀਂ ਖੁੱਲ੍ਹੇਗਾ? ਭ੍ਰਿਸ਼ਟਾਚਾਰ ਤਾਂ ਨਹੀਂ ਹੋਵੇਗਾ? ਮੈਨੂੰ ਇਹ ਦੱਸ ਦਿਓ। ਦੇਖੋ, ਡੋਪ ਟੈਸਟ ਵਾਸਤੇ ਜਿਹੜੀ ਸਭ ਤੋਂ ਵੱਡੀ ਐਕਰੀਡਿਟਡ ਲੈਬੋਰਟਰੀ ਆ, ਉਹ ਨੈਸ਼ਨਲ ਲੈਬੋਰਟਰੀ ਹੈ, ਇੱਕੋ ਲੈਬੋਰਟਰੀ ਹੈ ਹਿੰਦੁਸਤਾਨ ਦੇ ਵਿੱਚ, ਔਰ ਇੰਟਰਨੈਸ਼ਨਲੀ ਉਹ ਰਿਕੋਗਨਾਈਜ਼ਡ ਹੈ, ਉਹਨੇ ਬੜੇ ਇਹ ਕਰਦੇ ਨੇ। ਪਰ ਜੇ ਅਸੀਂ ਆਖੀਏ ਵੀ ਸਾਡੇ ਜਿਹੜੇ ਹਸਪਤਾਲ ਨੇ ਇਹ ਸਾਰਾ ਕੁਛ ਕਰਦੇ, ਇਹ ਸਿਰਫ ਯੂਰਿਨ ਟੈਸਟ ਕਰਦੇ ਨੇ, ਮੋਟੇ ਥੋੜ੍ਹੇ ਬਲੱਡ ਟੈਸਟ ਕਰਦੇ ਨੇ, ਯੂਰਿਨ ਸੈਂਪਲ, ਬਲੱਡ ਸੈਂਪਲ, ਜਾਂ ਫਿਰ ਫੂਕ ਮਰਵਾ ਕੇ ਜਿਹਨੂੰ ਕਹਿੰਦੇ ਆਪਾਂ, ਠੀਕ ਹੈ, ਠੀਕ ਹੈ। ਇਹਦੇ ਜ ਹੁਣ ਜਿਹੜੀ ਕਿੰਗਰਾ ਸਾਹਿਬ ਨੇ ਜਿਵੇਂ ਗੱਲ ਕਹੀ ਹੈ ਉਹ ਪਾਰਸ਼ਲੀ ਕਰੈਕਟ ਵੀ ਹੈ, ਪਾਰਸ਼ਲੀ ਠੀਕ ਵੀ ਨਹੀਂ। ਕਿਵੇਂ? ਕਿ ਜੇ ਲੀਗਲੀ ਕੋਈ ਦਵਾਈ ਜਿਹੜੀ ਚੀਜ਼ ਅਲਾਊਡ ਹੈ, ਹੁਣ ਲੀਗਲੀ ਅਲਾਊਡ 'ਚ ਡੈਫੀਨੇਸ਼ਨ ਥੋੜ੍ਹਾ ਜਿਹਾ ਫਰਕ ਰਹਿ ਜਾਂਦਾ ਹੈ, ਵੀ ਜੇ ਤੁਸੀਂ ਸ਼ਰਾਬ ਪੀਣਾ, ਸ਼ਰਾਬ ਪੀ ਕੇ ਦਫ਼ਤਰ ਆਉਣਾ ਇਲੀਗਲ ਹੈ ਵੈਸੀ, ਚਾਹੇ ਤੁਸੀਂ ਸਮੈਲ ਵੀ ਕਰ ਰਹੇ ਹੋ ਤਾਂ ਵੀ ਗਲਤ ਹੈ, ਤੁਸੀਂ ਦਫ਼ਤਰ ਨਹੀਂ ਆ ਸਕਦੇ, ਸਰਕਾਰ ਸ਼ਰਾਬ ਪੀ ਕੇ ਸਰਕਾਰੀ ਡਿਊਟੀ 'ਚ ਨਹੀਂ ਰਹਿ ਸਕਦੇ, ਪਰ ਕਿਤੇ ਨਹੀਂ ਨਹੀਂ ਪਬਲਿਕ ਦੇ ਵਿੱਚ ਜਾ ਸਕਦੇ, ਤੁਸੀਂ ਸ਼ਰਾਬ ਪੀ ਕੇ ਆਪਣੀ ਆਫੀਸ਼ੀਅਲ ਡਿਊਟੀ 'ਚ ਨਹੀਂ ਜਾ ਸਕਦੇ, ਚਾਹੇ ਥੋੜ੍ਹੀ ਵੀ ਪੀਤੀ ਹੈ, ਨੰਬਰ ਵਨ। ਨੰਬਰ ਟੂ, ਪਰ ਸ਼ਰਾਬ ਦੇ ਇਨਫਲੂਐਂਸ ਦੇ ਥੱਲੇ ਜੇ ਤੁਸੀਂ ਹੈਗੇ ਹੋ ਫਿਰ ਤੁਸੀਂ ਪਬਲਿਕ 'ਚ ਵੀ ਨਹੀਂ ਜਾ ਸਕਦੇ, ਡਰਾਈਵ ਨਹੀਂ ਕਰ ਸਕਦੇ, ਸੜਕ 'ਤੇ ਨਹੀਂ ਜਾ ਸਕਦੇ, ਯੂ ਆਰ ਨੋਟ ਅਲਾਊਡ, ਕਿਉਂਕਿ ਤੁਸੀਂ ਨਿਊਸੈਂਸ ਬਣ ਸਕਦੇ ਹੋ ਪਬਲਿਕ ਵਾਸਤੇ। ਸ਼ਰਾਬ ਡੋਪ 'ਚ ਆਉਂਦੀ ਹੈ? ਹਾਂ, ਸ਼ਰਾਬ ਇਹ ਨਹੀਂ, ਟੈਸਟ ਦੇ ਵਿੱਚ ਟੈਸਟ ਡੋਪ ਦੇ ਸਾਰੇ ਆਉਂਦੇ। ਪਲੀਜ਼ ਲੈਟ ਮੀ ਕੰਪਲੀਟ, ਸੌਰੀ ਕਰੋ ਕਰੋ, ਲੈਟ ਮੀ ਕੰਪਲੀਟ। ਸਾਡੇ ਮਿਸਨੋਮਰ ਕਰਿਆ ਜਾ ਰਿਹਾ ਇਹੀ ਐਮ ਐਲ ਏ ਸਾਹਿਬ ਨੇ, ਕਿਉਂਕਿ ਕਾਨੂੰਨ ਇਹਨਾਂ ਨੇ ਬਣਾਉਣੇ, ਅਸੀਂ ਤਾਂ ਬਾਹਰ ਬੈਠ ਕੇ ਲਾਗੂ ਕਰਨ ਵਾਲੀ ਹੁੰਦੇ ਹਾਂ, ਹੁਣ ਤਾਂ ਲਾਗੂ ਕਰਨ 'ਚ ਵੀ ਨਹੀਂ। ਜਿਹੜਾ ਡੋਪ ਟੈਸਟ ਹੈ ਨਾ, ਇਹ ਕਿਸੇ ਵੀ ਡਰੱਗ ਵਾਸਤੇ ਹੈ, ਇਹ ਸ਼ਰਾਬ ਵਾਸਤੇ ਵੀ ਹੈ, ਇਹ ਬਾਰਬਿਚੂਰੇਟ ਵਾਸਤੇ ਵੀ ਹੈ। ਥੋੜ੍ਹਾ ਰੋਕ ਲਵਾਂ, ਥੋੜ੍ਹਾ ਰੋਕ ਲਵਾਂ, ਸ਼ਰਾਬ ਕਿੰਨੀ ਮਿਕਦਾਰ? ਫਿਰ ਪਤਾ ਕੀ ਕਹਿੰਦੇ ਆ, ਮੈਂ ਦੱਸਦਾ, ਕਹਿੰਦੇ 40 ਸਾਲ ਤੋਂ ਬਾਅਦ ਡਾਕਟਰ ਵੀ ਕਹਿੰਦੇ ਇੱਕ ਦੋ ਪੈਗ ਲਾ ਲਿਆ। ਨਹੀਂ ਨਹੀਂ, ਮੈਨੂੰ ਉਹ ਵੀ ਥਿਊਰੀ ਥੋੜੀ ਸਮਝਾ ਦਿਓ ਸਾਨੂੰ, ਇਹ ਪੁੱਛੇ ਵੀ ਇਸ ਐਲਕੋਹਲ ਡਰੱਗ ਨਹੀਂ? ਮੈਂ ਸਮਝਣਾ ਚਾਹੁੰਦਾ ਹਾਂ, ਇਹ ਐਲਕੋਹਲ ਡਰੱਗ ਆ ਤਾਂ ਫਿਰ ਦੱਸ ਸਕਦਾ? ਮੇਰੀ ਬੇਨਤੀ ਸੁਣ, ਹੁਣ ਜੇ ਇਹਨਾਂ ਨੇ ਇੱਕ ਮਿੰਟ ਸੁਣ ਲਿਆ, ਹੈਗੀ ਪੋਲਿਟਿਕਸ, ਇੱਕ ਹੈਗਾ ਲਾ ਐਂਡ ਟੈਕਨੀਕ, ਠੀਕ ਹੈ। ਜੇ ਤੁਸੀਂ ਇਹ, ਮੈਂ ਆਮ ਨਾਟ ਅ ਪੋਲੀਟੀਸ਼ੀਅਨ, ਮੈਂ ਇਹਦਾ ਜਵਾਬ ਹੈਗਾ ਨਹੀਂ, ਮੈਂ ਜਵਾਬ ਦੋ, ਮੈਂ ਇਹ ਕਹਿਣਾ, ਪਹਿਲੀ ਗੱਲ ਇਹ ਹੈ ਵੀ ਸ਼ਰਾਬ ਪੀਣਾ ਰੋਜ਼ ਸਾਡੇ ਕੋਲ ਮੈਡੀਕਲ, ਇਹ ਤਾਂ ਹੁਣ ਤਾਂ ਨਸ਼ਿਆਂ ਦਾ ਰੌਲਾ ਹੈ, ਜੇ ਨਸ਼ਿਆਂ ਦਾ ਰੌਲਾ ਨਹੀਂ ਸੀ ਉਦੋਂ ਕੀ ਫੜਕੇ ਨਹੀਂ ਲਾਉਂਦੇ ਸਾਡੇ ਕੋਲ ਸ਼ਰਾਬੀਆਂ ਨੂੰ? ਅਸੀਂ ਉਹਨਾਂ ਦੇ ਬਲੱਡ ਸੈਂਪਲ ਲੈਂਦੇ ਸੀ, ਯੂਰਿਨ ਸੈਂਪਲ ਲੈਂਦੇ ਸੀ, ਅਸੀਂ ਲਿਖਦੇ ਸੀ ਹੀ ਇਜ਼ ਅੰਡਰ ਦੀ ਇਨਫਲੂਐਂਸ ਕੋਲ ਔਰ ਹੀ ਸਮੈਲਿੰਗ ਆਫ ਅਲਕੋਹਲ ਬਟ ਨਾਟ ਅੰਡਰ ਦੀ ਇਨਫਲੂਐਂਸ ਅਲਕੋਹਲ। ਇਹ ਉਹ ਮੈਡੀਕਲ ਦੇ ਪਰਚੇ ਕੱਟੇ ਜਾਂਦੇ ਨੇ, ਇਹ ਨਹੀਂ ਹੈ, ਪਤਾ ਨਹੀਂ ਕਿ ਮੈਂ ਮਿਕਦਾਰ ਪੁੱਛੀ ਸੀ, ਸੁਣ ਤਾਂ ਲਾਉਣਾ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸ਼ਰਾਬ ਹੈ ਜਿਹੜੀ, ਇਹ ਨਸ਼ਾ ਹੈ, ਡਰੱਗ ਦਾ ਡੈਫੀਨੇਸ਼ਨ ਜੇ ਇਹ ਕਹਿੰਦੇ ਹੋ ਨਸ਼ਾ ਹੈ, ਸ਼ਰਾਬ ਨਸ਼ਾ ਨੋਨ ਹੈ ਦੁਨੀਆ ਦੇ ਵਿੱਚ, ਔਰ ਸ਼ਰਾਬ ਦੇ ਕਿੰਨੇ ਨੁਕਸਾਨ ਨੇ, ਸ਼ਰਾਬ ਦੇ ਬੈਨ ਹੁੰਦੇ ਨੇ, ਹੋਰ ਹੁੰਦਾ। ਦੂਜੀ ਗੱਲ, ਮਿਕਦਾਰ ਦਾ ਕੁਐਸਚਨ ਹੀ ਨਹੀਂ ਹੈ, ਕੋਈ ਕੁਐਸਚਨ ਨਹੀਂ, ਮਿਕਦਾਰ ਦਾ ਕੁਐਸਚਨ ਨਹੀਂ ਹੈ, ਕੁਐਸਚਨ ਇਹ ਹੈ ਵੀ ਉਹ ਇਨਫਲੂਐਂਸ ਹੈ ਨਹੀਂ ਹੈ, ਉਹਦੇ ਸਟੈਂਡਰਡ ਨੇ ਵੱਖਰੇ ਵੱਖਰੇ, ਪਰ ਇਹ ਕਹਿਣਾ ਵੀ ਇਹ ਸ਼ਰਾਬ ਫਾਇਦਾ ਕਰਦੀ ਹੈ, ਇਹ ਇੱਕ ਡਰਾਮੇਬਾਜ਼ੀ ਹੈ, ਇਹ ਕੋਈ ਫਾਇਦਾ ਫੂਦਾ ਨਹੀਂ ਕਰਦੀ, ਇਹ ਨੁਕਸਾਨ ਹੀ ਕਰਦੀ ਹੈ। ਅਲਕੋਹਲ ਜਿਹੜੀ ਹੈ, ਅਲਕੋਹਲ ਇੱਕ ਸਿਰੋਸਿਸ ਦੇ ਨਾਲ ਦੁਨੀਆ ਦੇ ਵਿੱਚ ਹਿੰਦੁਸਤਾਨ 'ਚ, ਪੰਜਾਬ 'ਚ ਬਹੁਤ ਸਾਰੀਆਂ ਡੈਥ ਹੋ ਰਹੀਆਂ ਨੇ, ਔਰ ਮੈਂ ਇੱਥੇ ਨਾਮ ਨਹੀਂ ਗਿਣਨਾ ਚਾਹੁੰਦਾ ਜਿਹੜੇ ਵੱਡੀਆਂ ਨਾਮਵਰ ਹਸਤੀਆਂ ਅਲਕੋਹਲਿਕ ਸਿਰੋਸਿਸ ਨਾਲ ਮਰੀਆਂ ਨੇ, ਕਿਉਂਕਿ ਸ਼ਰਾਬ ਹੈ ਜਿਹੜੀ
ਉਹ ਜਿਗਰ ਨੂੰ ਖਰਾਬ ਕਰ ਦਿੰਦੇ। ਇਹ ਤਾਂ ਵੈਸੇ ਆਪਾਂ ਆਫ ਟ੍ਰੈਕ ਹੋ ਗਏ ਜ਼ਿਆਦਾ ਵਾਈਡ ਨਹੀਂ, ਆਫ ਟ੍ਰੈਕ ਨਹੀਂ, ਇਹ ਹੈ ਇਸ਼ੂ ਹੈ ਬਟਾਲਾ ਸਾਹਿਬ, ਆਫ ਟ੍ਰੈਕ ਨਹੀਂ ਇਸ਼ੂ ਹੈ। ਚਿੱਟੇ ਦੀ ਗੱਲ ਕਰੋ, ਨਹੀਂ ਨਹੀਂ ਸ਼ਰਾਬ ਦੀ ਗੱਲ ਵੀ ਕਿਉਂ ਨਾ ਕਰੀਏ, ਕਿਉਂ ਨਾ ਕਰੀਏ ਸ਼ਰਾਬ ਦਾ ਕਮਾਈ ਕਰਦੇ। ਮੈਂ ਆ ਰਿਹਾ, ਮੈਂ ਇਸੇ 'ਚ ਕਹਿ ਰਿਹਾ। ਹਾਂਜੀ, PGI ਦੀ ਹੁਣ ਰੀਸੈਂਟ ਰਿਪੋਰਟ, ਇਹ ਅਕਾਲੀ ਸਰਕਾਰ ਨੇ ਸ਼ੁਰੂ ਕਰਵਾਇਆ ਸੀ ਵੀ ਸਰਵੇ, ਤੇ ਹੁਣ ਆਇਆ ਹੈ 2017 'ਚ ਆ ਕੇ। ਉਸ ਸਰਵੇ 'ਚ 22% 22 ਲੱਖ ਪੰਜਾਬੀ ਅਲਕੋਹਲ ਅਡਿਕਟ ਆ, ਜਿੰਨੇ ਬੰਦੇ ਪਿੱਛੇ ਬੱਚੇ ਮਰੇ ਆ ਜੀ 16 ਲੱਖ, ਉਹ ਦੱਸੋ ਸ਼ਰਾਬ ਦਾ ਕਿੰਨੇ ਬੱਚੇ ਮਰੇ ਆ ਜੀ 16 ਲੱਖ, ਆ ਜਿਹੜੇ ਪਿੱਛੇ ਮਰੇ ਆ ਇੱਕ ਮਹੀਨੇ 'ਚ 27 ਬੱਚੇ ਡੈਥ ਹੋਈ ਆ, ਇੱਕ ਵੀ ਸ਼ਰਾਬ ਨਾਲ ਮੈਂ ਲਾਉਂਗਾ। ਉਹ ਤੰਬਾਕੂ ਨਾਲ ਅਡਿਕਟ ਨੇ ਤੇ ਜਿਹੜੇ ਫੀਮੀ ਪਦਾਰਥਾਂ ਨਾਲ ਅਡਿਕਟ ਨੇ ਉਹ 2,80,000 ਨੇ ਕਰੇ। ਠੀਕ ਹੋ ਗਿਆ। ਹੁਣ ਜਿਹੜਾ ਸਵਾਲ ਹੈ, ਜਦ ਤੁਸੀਂ ਡੋਪ, ਹੁਣ ਇਹ ਕਹਿੰਦੇ ਨੇ ਵੀ ਮੈਂ ਹਥਿਆਰਾਂ ਦੇ ਵਾਸਤੇ ਟੈਸਟ, ਜੇ ਸ਼ਰਾਬ ਵਿੱਚ ਨਹੀਂ ਹੈ ਮੈਨੂੰ ਅੱਜ ਤੱਕ ਇੱਕ ਕਤਲ ਹੋਇਆ ਦਿਖਾ ਦਿਓ ਹਥਿਆਰਾਂ ਨਾਲ, ਜਿਹੜਾ ਫੀਮਚੀ ਨਾ ਕਰਿਆ ਹੋਵੇ ਹਥਿਆਰਾਂ ਨਾਲ ਕਤਲ, ਤਾਂ ਸ਼ਰਾਬੀ ਕਰਦੇ ਫਿਰ ਤਾਂ ਇਹਦਾ ਮਤਲਬ ਇਹ ਟੈਸਟ ਦਾ ਕੋਈ ਮਤਲਬ ਹੀ ਨਹੀਂ ਡੋਪ ਟੈਸਟ ਦਾ ਜਿਹੜਾ ਹਥਿਆਰਾਂ ਵਾਸਤੇ। ਉਹਦੇ ਵਿੱਚ ਘਟਾਲਾ ਹੋ ਰਿਹਾ, ਸੈਂਪਲ 15-15 ਹਜ਼ਾਰ। ਮੈਂ ਇਹ ਕਹਿੰਦਾ ਵੀ ਜੇ ਹਥਿਆਰਾਂ ਵਾਸਤੇ ਟੈਸਟ ਹੋ ਰਿਹਾ, ਜੇ ਅਸੀਂ ਐਕਸੈਪਟ ਕਰ ਲਿਆ ਵੀ ਇਹ ਠੀਕ ਹੈ ਤੇ ਇਹਦੇ ਉੱਤੇ ਰੌਲਾ ਹੀ ਨਹੀਂ ਪਾਇਆ ਉਦੋਂ, ਜੇ ਡੋਪ ਟੈਸਟ ਕਦੇ ਫੀਮੀ ਪਦਾਰਥਾਂ ਦਾ ਗਿਣਿਆ ਜਾਣਾ, ਕਿਸੇ ਦੂਜੀ ਦਵਾਈ ਦਾ ਨਹੀਂ ਗਿਣਿਆ। ਬਾਈ ਦੀ ਵੇ ਕੋਰਟੀਕੋਇਡ ਜਿਹੜੇ ਨੇ ਉਹ ਤਾਂ ਆਮ ਹੀ ਦਵਾਈਆਂ ਨੇ, ਜਿਹੜੇ ਇਹ ਡੋਪ ਟੈਸਟ ਸ਼ੁਰੂ ਕਰਦੇ 'ਚ ਹੋਇਆ 323 BC ਦੇ ਵਿੱਚ ਯੂਨਾਨ ਦੇ ਵਿੱਚ, ਉਹ ਸਪੋਰਟਸਮੈਨ ਲੈਂਦੇ ਸੀ ਇਹੋ ਜਿਹੀਆਂ ਚੀਜ਼ਾਂ। ਜਿਹੜੇ 1960 'ਚ ਬੰਦੇ ਨੇ ਕੋਰਟੀਕੋਇਡ ਜ਼ਿਆਦਾ ਖਾ ਲਏ, ਉਹ ਸਾਈਕਲਿੰਗ ਦੇ ਵਿੱਚ ਮਰ ਗਿਆ ਐਥਲੀਟ, ਉਦੋਂ ਇਹਦੇ 'ਚ ਰੌਲਾ ਪਿਆ। ਇਹ ਜਿਹੜਾ ਡੋਪ ਟੈਸਟ ਸ਼ੁਰੂ ਹੋਇਆ, ਸ਼ੁਰੂ ਇਸ ਤੋਂ ਹੋਇਆ ਕਿ ਜਿਹੜੇ ਐਥਲੀਟ ਨੇ ਉਹ ਦਵਾਈਆਂ ਖਾ ਕੇ ਉਹ ਐਨਾਬੋਲਿਕ ਸਟੀਰੋਇਡ ਲਵਾ ਕੇ ਜਾਂ ਸਟੀਰੋਇਡ ਦੀਆਂ ਗੋਲੀਆਂ ਲੈ ਕੇ ਉਹ ਕਰਦੇ ਸੀ, ਉਹਦੇ ਉੱਤੇ ਟੈਸਟ ਸ਼ੁਰੂ ਹੋਇਆ ਸੀ। ਠੀਕ, ਉਹਨੂੰ ਅਸੀਂ ਨਾ ਸਾਨੂੰ ਉਹਦੀ ਬੈਕਗ੍ਰਾਉਂਡ ਅਸੀਂ ਦੇਖਦੇ ਹਾਂ, ਨਾ ਅਸੀਂ ਦੇਖਦੇ ਵੀ ਹੁਣ ਅਸੀਂ ਗੱਲ ਸਟਿਕ ਕਰਦੇ ਹਾਂ ਨਾ ਸ਼ਰਾਬ ਵਾਲੀ ਗੱਲ ਤੇ, ਬਿਲਕੁਲ ਸਟਿਕ ਕਰਦਾ। ਠੀਕ, ਮੈਂ ਕਿਸੇ ਰੋਡ ਸਾਹਿਬ ਨੂੰ ਜੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੀ ਦ ਮੇਨ ਆਰਗੇਨਾਈਜੇਸ਼ਨ ਆਫ ਡਾਕਟਰਸ ਆ ਇੰਡੀਆ ਦੀ, ਉਹ ਕਦੀ ਉਹਨੇ ਰਿਕਮੈਂਡ ਕੀਤਾ ਕਿ ਸਰਕਾਰ ਨੂੰ ਵੀ ਐਲਕੋਹਲ ਬੈਨ ਹੋਣੀ ਚਾਹੀਦੀ ਆ ਇਨ ਇੰਡੀਆ ਐਜ਼ ਇਟ ਇਜ਼? ਜੇ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਵੀ ਐਲਕੋਹਲ ਬੈਨ ਕਰੋ, ਫਿਰ ਤਾਂ ਠੀਕ ਹੈ। ਐਲਕੋਹਲ ਇਜ਼ ਨਾਟ ਇਟ ਇਜ਼ ਨਾਟ ਆਪਣੇ ਗੁੱਡ ਥਿੰਗ ਟੂ ਹੈਵ ਪਰਮਿਸਿਬਲ ਲਿਮਿਟ, ਇਹ ਨਹੀਂ ਹੈਗੀ। ਮੈਂ ਕਹਿੰਦਾ ਸ਼ਰਾਬ ਪੀਣਾ ਚੰਗਾ ਹੈ, ਡਰਾਈਵਿੰਗ ਵਾਸਤੇ ਵੀ ਪਰਮਿਸਿਬਲ ਲਿਮਿਟ ਐਲਕੋਹਲ ਦੀ, ਬਟ ਡਰੱਗ ਇਜ਼ ਡਿਫਰੈਂਟ, ਐਲਕੋਹਲ ਇਜ਼ ਡਿਫਰੈਂਟ। ਚਲੋ ਠੀਕ, ਸਤਿ ਸ਼੍ਰੀ ਅਕਾਲ ਜੀ। ਹੁਣ ਡੋਪ ਟੈਸਟ ਹੋਣਾ ਹੈ ਅਤੇ ਪੰਜਾਬ ਪੁਲਿਸ ਵਿੱਚ ਜ਼ਿਕਰ ਹੈ, ਸਰਕਾਰੀ ਮੁਲਾਜ਼ਮਾਂ ਦਾ ਜ਼ਿਕਰ ਹੈ, ਪੰਜਾਬ ਪੁਲਿਸ ਦੇ ਵਿੱਚ ਹੁਣ ਇਹ ਸਿਆਸਤ ਕਹਿ ਰਹੀ ਹੈ ਕਿ 50% ਪੁਲਿਸ ਵਾਲੇ ਆ ਜਿਹੜੇ ਉਹ ਡੋਪ ਟੈਸਟ ਵਿੱਚ ਫੇਲ ਹੋ ਜਾਣਗੇ, ਇਹ ਸਿਆਸਤ ਨੂੰ ਸਮਝੀਏ, ਪੰਜਾਬ ਪੁਲਿਸ ਨੂੰ ਕਿਵੇਂ ਸਮਝੀਏ? ਮੈਂ 2-3-4 ਸਟੇਟਮੈਂਟ ਦਿਆਂਗਾ, ਲੰਬਾ ਡਿਸਕਸ਼ਨ ਮੈਨੂੰ ਨਹੀਂ ਆਉਂਦਾ ਹੈਗਾ। ਪਹਿਲੀ ਗੱਲ ਹੈਗੀ ਹੈ, ਵਾਟ ਇਜ਼ ਡਰੱਗ? ਐਨੀਥਿੰਗ ਵਿਚ ਆਈਦਰ ਟੈਂਪਰਰਲੀ ਔਰ ਪਰਮਾਨੈਂਟਲੀ ਇੰਪੇਅਰਸ ਯੋਰ ਨੋਰਮਲ ਬਿਹੇਵੀਅਰ ਇਜ਼ ਡਰੱਗ, ਸਾਈਕੋਲੋਜੀ ਦੇ ਇਹਨੂੰ ਮੰਨਿਆ ਜਾਂਦਾ ਹੈ, ਨੰਬਰ 1। ਦੂਜੀ ਜਿਹੜਾ ਹੈ, ਸਰਕਾਰ ਦਾ ਫੈਸਲਾ ਹੁਣ ਆਇਆ ਹੈਗਾ, ਬੇਸਿਕਲੀ ਇਜ਼ ਨਥਿੰਗ ਬਟ ਪਬਲਿਸਿਟੀ ਸਟੰਟ। ਕਾਰਨ, ਸਰਕਾਰ ਕਾਹਦੇ 'ਤੇ ਲੜ ਰਹੀ ਹੈਗੀ ਹੈ? ਸਰਕਾਰ ਦਾ ਕੰਮ ਹੈਗਾ ਡਰੱਗਸ ਨੂੰ ਖਤਮ ਕਰਨਾ, ਜਾਂ ਫਿਰ ਸਿਰਫ ਜਿਹੜੇ ਡਰੱਗ ਐਡਿਕਟਸ ਹੈਗੇ ਨੇ ਜਾਂ ਜਿਹੜਾ ਡਰੱਗ ਲੈਂਦੇ ਹੈਗੇ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਨਾ? ਇਹ ਜਵਾਬ ਸਰਕਾਰ ਮੈਨੂੰ ਦੇ। ਤੀਜੀ ਗੱਲ ਆਉਂਦੀ ਹੈਗੀ ਹੈ ਪੁਲਿਸ ਦੀ, ਜਾਂ ਦੂਜੀ, ਜੇ ਸਰਕਾਰ ਨੂੰ ਭੁੱਲ ਗਏ ਹੈਗੇ ਨੇ, ਯਾਦ ਕਰ ਲਏ 1979 ਜਦੋਂ ਕਿ ਪਟਿਆਲੇ ਦੇ ਵਿੱਚ ਕਿਸੇ ਇੱਕ ਪੋਲੀਟੀਸ਼ੀਅਨ ਨੇ ਕਿਸੇ ਨੂੰ ਥੱਪੜ ਮਾਰ ਦਿੱਤਾ ਸੀ, ਤਾਂ ਉਹਦੇ ਵਿੱਚ ਫਸਾਦ ਹੋ ਗਿਆ ਸੀ, ਪੁਲਿਸ ਰਿਵੋਲਟ ਹੋ ਗਿਆ ਸੀ। ਇਹ ਜਿਹੜੀ ਗੱਲ ਹੋਈ ਹੈਗੀ ਹੈ, ਜਾਂ ਤਾਂ ਪੋਲੀਟੀਸ਼ੀਅਨਸ ਆਪ ਹੀ, ਜਿਸ ਤਰ੍ਹਾਂ ਗੱਲ ਹੋਈ ਹੈਗੀ ਹੈ, ਰਾਈਟ ਟੋਪ ਪੋਲੀਟੀਸ਼ੀਅਨਸ ਆਪ ਹੀ ਸ਼ੁਰੂ ਕਰ ਦਿੰਦੇ, ਇਹਦੀ ਜਿਹੜੀ ਹੈਗੀ ਹੈ ਖੁਸਰ ਪੁਸਰ ਫਿਰ ਸ਼ੁਰੂ ਹੋ ਗਈ ਹੈ, ਐਂਡ ਆਈ ਡੋਂਟ ਨੋ ਕਿਸ ਡਾਇਰੈਕਸ਼ਨ ਦੇ ਵਿੱਚ ਲੈ ਜਾਏਗੀ। ਸਰਕਾਰ ਨੂੰ ਪਹਿਲੇ ਆਪਣਾ ਕਲੀਅਰ ਕਰਕੇ ਦੱਸੇ ਉਹਨਾਂ ਦਾ ਮੁੱਦਾ ਕੀ ਹੈਗਾ, ਡਰੱਗ ਐਡਿਕਟਸ ਨੂੰ ਫੜਨਾ ਜਾਂ ਫਿਰ ਪੰਜਾਬ ਦੇ ਵਿੱਚ ਡਰੱਗਸ ਨੂੰ ਖਤਮ ਕਰਨਾ, ਔਰ ਜੇ ਖਤਮ ਕਰਨਾ ਦੇ ਸ਼ੁਡ ਕੈਚ ਦਾ ਟੋਪ ਡਰੱਗ ਬੈਰਨਸ ਐਂਡ ਮੈਟਰਿਕ ਐਂਡਸ ਐਂਡ ਸਟਾਰਸ ਦੇ। ਤੁਸੀਂ ਇੱਕ ਗੱਲ ਕਹੀ ਹੈ ਸ਼ਸ਼ੀਕਾਂਤ ਜੀ, ਵੀ ਡੋਪ ਟੈਸਟ ਅਤੇ ਪਬਲਿਸਿਟੀ ਸਟੰਟ ਆ ਸਾਰਾ ਇਹ, ਤੁਸੀਂ ਇਹ ਕਹਿ ਰਹੇ ਹੋ ਜੀ। ਮੇਰਾ ਸਵਾਲ ਇਹ ਹੈਗਾ ਕਿ ਜਿਹੜੀ ਚਿੱਟੇ ਵਿਰੁੱਧ ਲਹਿਰ ਛਿੜੀ ਹੈ, ਚਾਹੇ ਉਹ ਆਪ ਮੁਹਾਰੇ ਛਿੜੀ ਆ, ਲੋਕ ਲਹਿਰ ਹੈ ਕੀ ਆ, ਕਿਤੇ ਉਹ ਇਸ ਸਟੰਟ ਦੇ ਨਾਲ ਭੜਕ ਤਾਂ ਨਹੀਂ ਜਾਏਗੀ? ਬਿਲਕੁਲ ਭੜਕੇਗੀ, ਭੜਕੇ, ਬਿਲਕੁਲ ਭੜਕੇਗੀ, ਕਿ ਲੋਕ ਜਿਹੜੇ ਮਾਪੇ ਹੈਗੇ ਨੇ, ਪਰਿਵਾਰ ਹੈਗੇ ਨੇ, ਉਹਨੂੰ ਪਰੇਸ਼ਾਨ ਹੈਗੇ ਨੇ ਡਰੱਗਸ ਦੇ, ਜਿਹੜੇ ਕਿ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੀ, ਦੂਜੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੀ ਜਾਨ ਲੈ ਰਹੇ ਹੈਗੇ ਨੇ। ਪਰ ਇਹ ਸਿਰਫ ਇੱਕ ਦੂਜੇ ਪਾਸੇ ਟੋਟਲੀ ਲੈ ਜਾਣਾ, ਪਹਿਲੇ ਦਿਨ ਤੋਂ ਹੀ ਚੱਲ ਰਿਹਾ ਹੈਗਾ, 47-48 ਹਜ਼ਾਰ ਮੁਲਾਜ਼ਮ ਲਿਆਏ ਜਾਣਗੇ, ਜਿਹੜਾ ਦੱਸਣਗੇ ਸਰਕਾਰ ਨੂੰ ਕੌਣ ਹੈਗਾ, ਜਿਸ ਸਰਕਾਰ ਨੂੰ ਪਤਾ ਨਹੀਂ, ਸਰਕਾਰ ਨੂੰ ਜਿਹੜੇ ਟੌਪ ਸਮਗਲਰਸ ਹੈਗੇ ਉਹਨਾਂ ਦਾ ਨਾਂ ਨਹੀਂ ਪਤਾ ਹੈਗਾ। ਹਰ ਸਰਕਾਰ ਦਾ ਜਿਹੜਾ ਜਿਹੜਾ ਸਟੈਪ ਵੀ ਆਇਆ ਹੈਗਾ, ਦੈਟ ਇਜ਼ ਨਥਿੰਗ ਬਟ ਪਬਲਿਸਿਟੀ ਸਟੰਟ। ਸਰਕਾਰ ਵੱਲੋਂ ਟੋਟਲ ਲੈਕ ਹੈਗਾ ਜਿਹੜਾ ਕਿ ਇੱਕ ਸੀਰੀਅਸਨੈਸ ਚਾਹੀਦੀ ਹੈ, ਦੈਟ ਇਜ਼ ਨੋਟ ਦੇਅਰ ਐਟ ਆਲ। ਠੀਕ ਹੈ, ਐਚ ਐਸ ਕਿੰਗਰਾ, ਤੁਸੀਂ ਜਿਹੜੀ ਇਸ ਮੁੱਦੇ ਦੀ ਸੰਜੀਦਗੀ ਸੀ ਉਹ ਡੋਪ ਟੈਸਟ ਵਾਲੀ ਗੱਲ ਕਹਿ ਕੇ ਉਹ ਸੰਜੀਦਗੀ ਨੂੰ ਖਤਮ ਕਰ ਦਿੱਤਾ? ਨਹੀਂ, ਬਿਲਕੁਲ ਨਹੀਂ ਹੈ। ਮੈਂ ਸ਼ਸ਼ੀਕਾਂਤ ਜੀ ਨੂੰ ਦੋ ਸਵਾਲ ਕਰਾਂਗਾ। ਮੈਂ ਕਿਸ ਤਰ੍ਹਾਂ ਦੇ ਪੰਜਾਬ ਦੇ ਡੀ ਜੀ ਪੀ ਨੂੰ
सवेर तो लेके शाम तक शराब पींदा सी। शशि कांत जी भी जानते सी किन्ना क बोले उहदे बारे, अमरीका दे विच एक सैकटरी नूं लाउण वास्ते सैकटरी ऑफ डिफेंस नूं ओबामा दी एडमिनिस्ट्रेशन जां क्लिंटन दी एडमिनिस्ट्रेशन च बहुत कंपीटेंट आदमी सी, मोस्ट कंपीटेंट, बट दी जिहड़ी उहनां दी सैनेट आ ओह अप्रूवल करदी आ, सैनेट रिफ्यूज टू अप्रूव बिकॉज ही वाज़ एन अल्कोहलिक। एक मैं चीफ सैकटरी नूं जाणदा सी जिहड़ा कि शराब पी के रहिंदा सी दफ्तर दे विच वी, हुण तुसीं मैं नां नहीं लैंदा गा, शशि कांत जी भी जाणदे आ। इस करके जदों सरकारी मुलाज़म पब्लिक लाइफ दे विच जिहड़े लोक बैठे है ਉਹ ਜਦੋਂ ਐਂਟਰ ਕਰਦੇ ਹੈ ਇਹਦੇ ਇਹਦੇ ਡੋਪਿੰਗ ਦੇ ਵਿੱਚ ਤਾਂ ਉਹਦਾ ਜਿਹੜਾ ਇਲਾਜ ਹੋਣਾ ਚਾਹੀਦਾ, ਉਹਨਾਂ ਦਾ ਰਿਕੋਗਨੀਸ਼ਨ ਹੋਣੀ ਚਾਹੀਦੀ ਹੈ, ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ। ਦੇਰ ਇਜ਼ ਨੋ ਹਾਰਮ ਇਨ ਆਈਡੈਂਟੀਫਾਈਂਗ, ਤੁਸੀਂ ਆਪਦੇ ਘਰੇ ਬੈਠ ਕੇ ਸ਼ਰਾਬ ਪੀਓ ਜੋ ਮਰਜ਼ੀ ਕਰੋ, ਪਰ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਡਰੱਗ ਲੈ ਰਹੇ ਹੋ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਦੈਟ ਯੂ ਸ਼ੁੱਡ ਨੋਟ ਬੀ। ਇਹ ਦੋਵੇਂ ਇਸ਼ੂਜ਼ ਜਿਹੜਾ ਮੈਂ ਦੇਖਿਆ ਪੰਜਾਬ ਦੇ ਵਿੱਚ ਐਕਸੈਪਟੇਬਿਲਟੀ ਸੀ, ਡਾਇਰੈਕਟਰ ਜਨਰਲ ਸਾਹਿਬ ਨੂੰ ਮੈਂ ਮਿਲਣ ਗਿਆ, ਉਹ ਸ਼ਰਾਬੀ ਸੀ ਸਵੇਰੇ 9 ਵਜੇ। ਆਈ ਹੈਵ ਸੈਡ ਇਟ, ਮੈਂ ਨਹੀਂ ਕਹਿ ਸਕਦਾ ਵੈਰੀ ਕਲੀਅਰਲੀ, ਇਹ ਦੋ ਵਕਤ ਇਹ ਦੋ ਨੂੰ ਮਿਲ ਗਿਆ ਉਹ 9 ਵਜੇ ਸ਼ਰਾਬੀ ਸੀ। ਨੰਬਰ 1 ਇਹ ਕਿਨੇ ਲਿਖਿਆ, ਕਿੱਥੇ ਲਿਖਿਆ ਹੈ ਕਿ ਇਹਨਾਂ ਦੇ ਇਸ਼ੂਜ਼ ਜਿਹੜੇ ਜਿਹੜੇ ਉਹ ਮੈਂ ਜਸਟੀਫਾਈ ਨਹੀਂ ਕਰ ਰਿਹਾ, ਮੈਂ ਜਸਟੀਫਾਈ ਨਹੀਂ ਕਰ ਰਿਹਾ, ਤੁਸੀਂ ਅਗਰ ਪੁਲਿਸ ਚੋਂ ਮੈਂ ਸਾਰਿਆਂ ਨੂੰ ਜਾਣਦਾ ਹੈ, ਮੈਂ ਸਾਰਿਆਂ ਨੂੰ ਜਾਣਦਾ ਹੈ, ਤੁਸੀਂ ਕਿਉਂ ਨਹੀਂ ਸਲੂਟ ਮਾਰਦੇ ਹੋ ਇਨਕਾਰ ਕੀਤਾ ਉਸ ਦਿਨ, ਤੁਸੀਂ ਜਿਹੜਾ ਹੈਗਾ ਹਾਊ ਡਿਡ ਯੂ ਸਲੂਟ ਹਿਮ, ਹੂ ਸਲੂਟਡ ਹਿਮ, we are talking about the people who were dying, yes. Not those persons who were no. ਕਿੰਗਰਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਮਸਲਾ ਪੰਜਾਬ ਵਿੱਚ ਜਾਂ ਚਲੋ ਕਈ ਸਾਲਾਂ ਤੋਂ ਚੱਲ ਰਿਹਾ, ਕੀ ਇਹ ਮੁਲਾਜ਼ਮਤ ਦੀ ਜਿਹੜੀ ਐਡਿਕਸ਼ਨ ਦਾ ਚੱਲ ਰਿਹਾ ਜਾਂ ਜਿਹੜੇ ਆਪਣੇ ਯੂਥ ਡਰੱਗਸ ਲੈ ਰਹੇ ਉਹ ਚੱਲਦਾ? ਇੱਕ ਮਿੰਟ ਕਿੰਗਰਾ ਸਾਹਿਬ, ਰਿਪਲਾਈ ਟੂ ਹਿਮ, ਯੈਸ ਜਸਟ ਗਿਵ ਮੀ ਦਿਸ, ਦੈਟਸ ਵਾਟ ਆਮ ਸੇਇੰਗ, ਆਈ ਵਿਲ ਗਿਵ ਦੀ ਰਿਪਲਾਈ। ਮਤਲਬ ਇਹ ਦੇਖੋ ਜੀ, ਠੀਕ ਆ ਜੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਮੁਲਾਜ਼ਮਾਂ ਦਾ ਡਰੱਗ ਟੈਸਟ ਕਰਨਾ ਹੈ, ਹੀ ਇਜ਼ ਦ ਚੀਫ ਮਿਨਿਸਟਰ, ਹੀ ਕੈਨ ਆਰਡਰ ਦੈਟ, ਦੇਅਰ ਇਜ਼ ਨਥਿੰਗ ਰੋਂਗ ਅਬਾਊਟ ਇਟ, ਲੇਕਿਨ ਦ ਇਸ਼ੂ ਇਜ਼ ਨੋਟ ਦੈਟ। ਇਸ਼ੂ ਇਹ ਹੈਗਾ ਵੀ ਅੱਜ ਜਿਹੜੇ ਇੰਜੈਕਸ਼ਨ ਲੱਗ ਰਹੇ ਨੇ, ਅੱਗੇ ਆਪਣੇ ਉਹ ਸਨਿਫ ਕਰ ਰਹੇ ਸੀਗੇ ਕੋਕੇਨ ਨੂੰ, ਹੁਣ ਇੰਟਰਾਵੇਨਸ ਇੰਜੈਕਸ਼ਨ ਲੱਗ ਰਹੇ ਆ, ਜਿਹਦੇ ਕਰਕੇ ਇਨ ਦ ਲਾਸਟ ਮੰਥ 27 ਡੈਥਸ ਹੋਈਆਂ ਆ, 1 ਡੈਥ ਪਰ ਡੇ ਆਪਾਂ ਕਹਿ ਸਕਦੇ ਆ, ਉਹ ਇਸ਼ੂ ਹੈਗਾ ਵੀ ਉਹਨੂੰ ਕਿਵੇਂ ਕੰਟਰੋਲ ਕਰਨਾ ਹੈ। ਉਹਨਾਂ ਨੂੰ ਮਰਨ ਦੇ, ਤੁਸੀਂ ਡੋਪ ਟੈਸਟ ਕਰਾਓ, ਉਹਨਾਂ ਨੂੰ ਮਰਨ ਦੇ। ਚਲੋ ਇੱਕ ਮੈਂ ਇੱਕ ਛੋੜਾ ਬ੍ਰੇਕ, ਨਾ ਛੋੜਾ ਬ੍ਰੇਕ, ਲੈ ਬ੍ਰੇਕ ਤੋਂ ਵਾਪਸ ਆਉਂਗਾ, ਬ੍ਰੇਕ ਤੋਂ ਵਾਪਸ ਆਉਂਗਾ, ਬ੍ਰੇਕ ਤੋਂ ਵਾਪਸ ਆਉਂਗਾ, ਜਿਹੜਾ ਡੀਰੇਲਿੰਗ ਦਾ ਟਾਈਮ, ਸ਼ਸ਼ੀ ਕਾਂਜੀ ਮੈਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਸਾਰਾ ਪਬਲਿਸਿਟੀ ਸਟੰਟ ਤਾਂ ਨਹੀਂ ਹੋ ਰਿਹਾ, ਜਿਹੜੀ ਅਸਲ ਸਮੱਸਿਆ ਹੈ ਕੀ ਹੈ, ਉਸ ਨੂੰ ਕਿਵੇਂ ਲੱਭਿਆ ਜਾਵੇਗਾ, ਉਸ ਨੂੰ ਜੜੋਂ ਖਤਮ ਕਰਨ ਲਈ ਕੀ ਕੀਤਾ ਜਾਵੇਗਾ, ਸਵਾਲ ਇਹ ਹੈਗਾ। ਕਿਉਂਕਿ ਇਹ ਜਿਹੜੀ ਹੈ ਇੱਕ ਦੂਜੇ ਵਾਲੇ ਗੇਮ ਸੈੱਟ ਕੇ ਆ, ਜਿਹੜੀ ਅਸਲ ਵਿੱਚ ਮੁੱਦੇ ਨੂੰ ਡੀਰੇਲ ਤਾਂ ਨਹੀਂ ਕੀਤਾ ਜਾ ਰਿਹਾ। ਸਾਡਾ ਸਵਾਲ ਉਹੀ ਹੈ, ਬ੍ਰੇਕ ਤੋਂ ਵਾਪਸ ਆ। ਸਿਆਸੀ ਆਗੂਆਂ ਨੂੰ ਡੋਪ ਟੈਸਟ ਵਿੱਚ ਪਬਲਿਸਿਟੀ ਸਟੰਟ ਕਿਉਂ ਨਜ਼ਰ ਆਉਂਦਾ? ਜਸਟੇਸ ਸਿੰਘ, ਸ਼ਸ਼ੀ ਕਾਂਤ ਖਰਾ ਨੇ ਗੱਲ ਕੀ ਹੈ ਕਿ ਡੋਪ ਟੈਸਟ ਜਿਹੜਾ ਅਸਲ ਮੁੱਦੇ ਨੂੰ ਡੀਰੇਲ ਕਰਨ ਦੇ ਲਈ ਲਿਆਂਦਾ ਗਿਆ। ਜਸਟੇਸ ਸਿੰਘ, ਉਸ ਜੇ ਡੀਰੇਲ ਤੁਸੀਂ ਮੰਨਦੇ ਹੋ ਤਾਂ ਉਸ ਡੀਰੇਲ ਵਿੱਚ ਤੁਸੀਂ ਵੀ ਸ਼ਾਮਲ ਹੋ ਗਏ? ਨਹੀਂ, ਮੈਂ ਦੇਖੋ ਡਿਸਐਗਰੀਮੈਂਟ ਦੇ ਨਾ ਕਾਫੀ ਤਰੀਕੇ ਹੁੰਦੇ ਆ। ਕਿੰਗਰਾ ਸਾਹਿਬ ਥੋੜ੍ਹਾ ਜਿਹਾ ਉਹਨਾਂ ਡਿਸਐਗਰੀਮੈਂਟ ਜੇ ਕੀਤਾ ਤਾਂ ਜ਼ਰੂਰੀ ਨਹੀਂ ਕਿ ਵੀ ਗੁੱਸੇ ਨਾਲ ਹੀ ਕੀਤਾ ਜਾਵੇ। ਮੈਂ ਵੀ ਕਿਸੇ ਹੱਦ ਤੱਕ ਸ਼ਸ਼ੀ ਜੀ ਨਾਲ ਮੈਂ ਡਿਸਐਗਰੀ ਕਰਦਾ, ਠੀਕ ਹੈ, ਹੀ ਇਜ਼ ਰਾਈਟ ਕਿ ਵੀ ਹਾਂਜੀ ਸਟੈਪਸ ਲੈਣੇ ਚਾਹੀਦੇ ਆ, ਠੀਕ ਹੈ। ਬਟ ਦੇਖੋ ਅਸੀਂ ਕਿਉਂ ਕਹਿ ਰਹੇ ਕਿ ਵੀ MLAs MPs ਸਾਰਿਆਂ ਦੇ ਹੋਣ, ਇਹ ਜੋ ਪੋਲਿਸੀ ਬਣ ਰਹੀ ਹੈ, ਠੀਕ ਹੈ, ਲੋਕਾਂ ਨੂੰ ਤਾਂ ਹਦਾਇਤਾਂ ਦਿੱਤੀ ਜਾ ਰਹੀਆਂ, ਨਸ਼ਾ ਛੱਡੋ, ਇਹ ਕਰੋ, ਉਹਨਾਂ ਦਾ ਟੈਸਟ ਕਰੋ, ਪਤਾ ਤਾਂ ਲੱਗੇ ਕਿ ਕਿਹੜਾ MLA ਕਿਹੜਾ MP ਆਪ ਨਸ਼ਿਆਂ 'ਚ ਫਸਿਆ ਹੋਇਆ। ਇਹ ਜਿਹੜੇ ਉੱਪਰ ਤੋਂ ਲੈ ਕੇ ਤੁਹਾਨੂੰ ਯਕੀਨ ਹੈ ਕਿ ਜਦੋਂ ਡੋਪ ਟੈਸਟ ਹੋ ਜਾਊਗਾ ਸਾਰਿਆਂ ਦਾ, ਬਿਲਕੁਲ ਸਾਨੂੰ ਸੱਚ ਪਤਾ ਲੱਗ ਜਾਊਗਾ, 110% ਪਤਾ ਲੱਗ ਜਾਊਗਾ ਸੱਚ। ਨਹੀਂ ਨਹੀਂ, ਸੀਕ੍ਰੇਟ ਫਿਰ ਕੀ ਫਾਇਦਾ ਸੀਕ੍ਰੇਟ ਦਾ? ਮੈਂ ਤਾਂ ਕਹਿੰਦਾ ਕਰੋ ਡਿਕਲੇਅਰ। ਮੈਂ ਪਹਿਲਾਂ ਵੀ ਕਿਹਾ ਸੀਗਾ ਯੂਰਨ ਸੈਂਪਲ ਆ ਜਿਹੜੇ 2000 ਰੁਪਏ ਵਿੱਚ ਵਿਕ ਰਹੇ ਆ, 15,000 ਵਿੱਚ ਡਰੱਗ ਐਡਿਕਟ ਦੀ ਫਾਈਲ ਪਾਸ ਹੋ ਰਹੀ ਹੈ, ਇਹ ਭ੍ਰਸ਼ਟਾਚਾਰ ਹੋ ਰਿਹਾ ਸੀ ਇਸ ਤੋਂ ਪਹਿਲਾਂ ਅਸਲੇ ਦੇ ਲਾਇਸੈਂਸ ਦੇ ਵਿੱਚ। ਨਹੀਂ ਨਹੀਂ, ਕੇਪੀ ਸਿੰਘ ਜੀ, ਫਿਰ ਤਾਂ 302 ਵੀ ਹਟਾ ਦਿਓ, ਮਰਡਰ ਜੇ ਏਦਾਂ ਤਾਂ ਬਹੁਤ ਲੋਕ ਮਰਡਰ ਕਰਕੇ ਬਾਹਰ ਵੀ ਫਿਰੀ ਜਾਂਦੇ ਆ, ਠੀਕ ਹੈ ਨਾ, ਇਹ ਗੱਲ ਨਹੀਂ ਹੈ। ਅਸੀਂ ਚੈੱਕਸ ਐਂਡ ਬੈਲੈਂਸਿਸ ਰੱਖਣੇ ਆ। ਹੁਣ ਜੇ ਇਸ ਇਹ ਪਬਲਿਕ ਪੱਧਰ ਦੇ ਉੱਪਰ ਹੋਏਗਾ MP MLAs ਦਾ, ਪਤਾ ਤਾਂ ਲੱਗੇ ਕਿਹੜਾ ਬੰਦਾ ਇੱਕ ਮੈਸੇਜ ਆਵੇ, ਯੈਸ, ਜਿਹੜਾ ਬੰਦਾ ਲੋਕਾਂ ਨੂੰ ਹਦਾਇਤਾਂ ਦੇ ਰਿਹਾ ਹੈ, ਆਪ ਕਿੰਨਾ ਪਾਕ ਸਾਫ ਹੈ ਪਤਾ ਲੱਗੇ। ਡਟ ਪੈ ਲਗਰ, ਡਟ ਪੈ ਲਗਰ, ਇੱਕ ਚੀਜ਼ ਮੈਂ ਹੋਰ ਜ਼ਰੂਰ ਸਮਝ ਚਾਹੁੰਦਾ, ਮੈਨੂੰ ਸੰਖੇਪ ਵਿੱਚ ਸਮਝਾਈਓ। ਡੋਪ ਟੈਸਟ ਕਰਾਉਣਾ, ਜੇ ਮੰਨ ਲਓ ਤੁਸੀਂ ਡੋਪ ਟੈਸਟ ਕਰਾਉਣ ਜਾਣਾ ਜਾਂ ਮੈਂ ਕਰਾਉਣ ਜਾਣਾ,
ਕਿੰਨੇ ਦਿਨ ਪਹਿਲਾਂ ਅਸੀਂ ਉਹ ਚੀਜ਼ ਛੱਡ ਦਈਏ ਡੋਪ ਵਿੱਚ ਨਾ ਆਵੇ? ਦੇਖੋ ਜੇ ਯੂਰਿਨ ਸੈਂਪਲ ਹੈ, ਯੂਰਿਨ ਸੈਂਪਲ ਮੈਕਸਿਮਮ 3 ਦਿਨ ਤੱਕ, 3 ਦਿਨ ਹੈ ਨਾ, 3 ਦਿਨ ਹੀ ਬਲੱਡ ਸੈਂਪਲ ਨੇ ਤੇ, ਪਰ ਜੇ ਹੇਅਰ ਦਾ ਸੈਂਪਲ ਲੈਣਾ ਹੋਵੇ ਤਾਂ 90 ਦਿਨ, 90 ਦਿਨ ਤੱਕ, 90 ਦਿਨ, ਠੀਕ ਹੈ, ਠੀਕ ਹੋ ਗਿਆ। ਹੁਣ ਮੈਂ ਜਿਹੜੀ ਦੂਜੀ ਗੱਲ ਕਹਿਣਾ, ਇੱਕ ਮੇਰਾ ਸਵਾਲ ਇਸ ਕਰਕੇ ਸੀਗਾ, ਡਰ ਪੈ ਲੱਗਾ, ਮੇਰਾ ਸਵਾਲ ਸੁਣ ਲਓ ਅੱਗੇ, ਮੇਰਾ ਸਵਾਲ ਇਸ ਕਰਕੇ ਸੀਗਾ, ਜੇ ਕਿਸੇ ਅਸੀਂ ਨੌਕਰੀ ਲੈਣੀ ਹੈ ਕਿ ਉਦੋਂ ਮੈਂ ਦਵਾਈ ਛੱਡ ਦੂੰਗਾ, ਮੈਂ ਡੋਪ ਟੈਸਟ ਵੀ ਪਾਸ ਨਹੀਂ, ਉਹ ਹੇਅਰ ਤੁਸੀਂ ਜੇ ਤੁਸੀਂ 90 ਦਿਨਾਂ ਦਾ ਵੀ ਹੋ ਜਾਊਗਾ, ਨਹੀਂ ਹੇਅਰ ਹੇਅਰ ਤਾਂ ਤਾਂ ਹੋਗਾ ਜੇ ਮੈਂ ਚਿੱਟਾ ਲੈਣਾ। ਮੇਰੀ ਗੱਲ ਤਾਂ ਸੁਣੋ, ਮੈਂ ਜਿਹੜੀ ਗੱਲ ਕਰ ਰਿਹਾ, ਠੀਕ ਹੈ ਤੁਹਾਡੀ, ਹਾਂ ਨਹੀਂ ਮੈਂ ਸੁਣ ਲਵਾਂ, 90 ਦਿਨ ਦੀ ਵੀ ਛੱਡਤੀ, ਇਹ ਇਸ ਤਰ੍ਹਾਂ ਨਹੀਂ ਹੁੰਦਾ, ਇਹ ਮਕੈਨੀਕਲੀ ਵੀ ਇੱਕ ਦਿਨ ਛੱਡਤਾ, ਇਹਦੇ ਵਿੱਚ ਵੱਡਾ ਜਿਹੜਾ ਡਿਫੈਕਟ ਜਿਹੜਾ ਤੁਸੀਂ ਕਹਿੰਦੇ ਹੋ ਪੈਸੇ ਨਾਲ ਹੋ ਰਿਹਾ, ਇਹ ਕਿਵੇਂ, ਬੜੀ ਇੰਸਟ੍ਰਕਸ਼ਨਾਂ ਨੇ, SOP ਕਹਿੰਦੇ ਅਸੀਂ ਇਹਨੂੰ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ, ਠੀਕ ਹੈ, ਉਹ ਇੰਸਟ੍ਰਕਸ਼ਨਾਂ ਇਹ ਨੇ ਵੀ ਸੈਂਪਲ ਸਾਹਮਣੇ ਪਿਸ਼ਾਬ ਦਾ ਲੈਣਾ। ਹੁਣ ਕੀ ਹੈ, ਆ ਜਿਹੜੇ ਮੈਡੀਕਲ ਕਰਾਉਣਾ ਹੁੰਦੇ ਉਹ ਵੀ ਕਈ ਵੀ ਲੈਬੋਰਟਰੀ ਚੋਂ ਦੂਰ ਸੈਂਪਲ ਪਹਿਲਾਂ ਹੀ ਪਏ ਹੋਏ ਆ, ਬਸ ਹੁਣ ਉਹ ਸੈਂਪਲ ਇਹਨਾਂ ਨੇ ਸੈਂਪਲ ਪਹਿਲਾਂ ਰੱਖੇ ਹੋਏ ਜਿਸ ਵਾਟੇ ਸੇ, ਸੋ ਜੇ ਤਾਂ ਚੋਰ ਤੇ ਕੁੱਤੀ ਰਲ ਜਾਣ ਫਿਰ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ, ਚੌਕੀਦਾਰ ਤੇ ਜੇ ਚੋਰ ਰਲ ਗਏ ਨਾ ਫਿਰ ਨਹੀਂ ਕੁਛ ਹੋ ਸਕਦਾ। ਸਾਨੂੰ ਇਹ ਵਿਸ਼ਵਾਸ ਕਰਨਾ ਪੈਂਦਾ ਹੈ, ਮੈਂ ਜਸਤੇਜ ਜੀ ਦਾ ਗੱਲ ਜਸਤੇਜ ਜੀ ਦੀ ਗੱਲ ਨਾਲ ਮੰਨਦਾ ਵੀ ਇਲੀਗਲ ਗੱਲਾਂ ਬਹੁਤ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਅਸੀਂ ਰੂਲ ਆਫ ਲਾ ਨੂੰ ਕਹਿ ਦਈਏ ਵੀ ਇਹਨੂੰ ਖਤਮ ਹੀ ਕਰ ਦਿਓ। ਹੁਣ ਇਹਦੇ ਉੱਤੇ ਤਰਾਜ ਹੈ ਮੈਨੂੰ, ਠੀਕ ਹੈ। ਦੂਜੀ ਗੱਲ, ਇਹ ਗੱਲ ਜ਼ਰੂਰ ਹੈ ਕਿ ਜਿਹੜੀਆਂ ਮੌਤਾਂ ਦੀ ਗੱਲ ਹੈ, ਇਹ ਵੀ ਸੈਂਟੀਮੈਂਟਲ ਬਣਾ ਕੇ ਇਸ ਇਸ਼ੂ ਨੂੰ ਪੇਸ਼ ਕਰਨਾ, ਨਸ਼ਿਆਂ ਦਾ ਇਸ਼ੂ ਬਹੁਤ ਵੱਡਾ ਹੈ, ਨਸ਼ਿਆਂ ਨਾਲ ਬਹੁਤ ਜ਼ਿਆਦਾ ਖਰਾਬੀ ਹੋ ਰਹੀ ਹੈ, ਉਹ ਬੜੀ ਵੱਡੀ ਹੈ, ਪਰ ਇਹਨੂੰ 27 ਮੌਤਾਂ ਨੂੰ ਪੇਸ਼ ਕਰਨਾ ਇੱਕ ਰੋਜ਼ ਅਮਰੀਕਾ ਦੇ ਵਿੱਚ, ਅਮਰੀਕਾ 'ਚ ਅਸੀਂ ਕਹਿੰਦੇ ਲਾਅ ਐਂਡ ਆਰਡਰ ਬਹੁਤ ਵਧੀਆ, ਅਸੀਂ ਕਹਿੰਦੇ ਉੱਥੇ ਫਟਾਫਟ ਫੜ ਲੈਂਦੇ ਨੇ, ਉੱਥੇ ਮਾੜੀ ਡਰਗ ਦਿੱਤੀ ਨਹੀਂ ਜਾ ਸਕਦੀ ਇੱਦਾਂ ਹੀ ਟੀਕੇ ਲਾ ਕੇ। 2013 'ਚ 3108 ਮੌਤਾਂ ਹੋਈਆਂ, 2014 ਦੇ ਵਿੱਚ 6000 ਮੌਤ ਹੋਈ, 2015 ਦੇ ਵਿੱਚ 9580 ਹੋਈਆਂ, ਔਰ 2016 ਦੀ ਜਿਹੜੀ ਲੇਟੈਸਟ ਰਿਪੋਰਟ ਹੈ 19413 ਮੌਤਾਂ ਹੋਈਆਂ ਨੇ ਅਮਰੀਕਾ ਵਰਗੇ ਦੇਸ਼ 'ਚ। ਸੋ ਨਸ਼ਿਆਂ ਦੀ ਪ੍ਰੋਬਲਮ ਇੰਟਰਨੈਸ਼ਨਲ ਪ੍ਰੋਬਲਮ ਹੈ, ਇਹਨੂੰ ਹੱਲ ਕਰਨ ਵਾਸਤੇ ਸੈਂਟੀਮੈਂਟਲੀ ਇਹ ਕਰਕੇ ਉਹ ਕਰਕੇ ਨਹੀਂ ਹੋਣਾ, ਇਹਦੇ ਵਾਸਤੇ ਆਮ ਲੋਕਾਂ ਦੀ ਇਨਵੋਲਵਮੈਂਟ ਕਰਕੇ ਹੋਣਾ, ਬਾਕੀ ਟੈਸਟ ਟੂਸਟ ਵਿੱਚ ਉਹਦਾ ਪਾਰਟ ਹੋ ਸਕਦੇ ਨੇ। ਬਟਾਲਾ ਸਾਹਿਬ, ਮੈਂ ਤੁਹਾਡੇ ਕੋਲ ਆ ਰਿਹਾ, ਕਿੰਗਰਾ ਸਾਹਿਬ, ਤੁਸੀਂ NDPS ਐਕਟ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਸੀਗਾ, ਤੁਸੀਂ ਉਹਦੇ ਵਿੱਚ ਤਾਂ ਕੰਮ ਨਹੀਂ ਕਰ ਰਹੇ ਜਿਹੜਾ ਕਰਨਾ ਚਾਹੀਦਾ। ਦੇਖੋ ਇਸ ਤਰ੍ਹਾਂ, ਪਹਿਲੀ ਗੱਲ ਤਾਂ ਇੱਕ ਸਵਾਲ ਇਹਨਾਂ ਨੇ, ਕਿੰਗਰਾ ਸਾਹਿਬ ਉਸ ਦਾ ਜਵਾਬ ਬਾਅਦ ਦੇ ਦਿਓ, ਮੈਂ ਤੁਹਾਨੂੰ ਬੜਾ ਸਵਾਲ ਸਿੰਪਲ ਕਰ ਰਿਹਾ, ਜਿਹੜਾ ਕਾਨੂੰਨ ਅਸੀਂ ਲਾਗੂ ਕਰਨਾ, ਇਨਫੋਰਸ ਕਰਨਾ, ਉਹ ਕੰਮ ਕਰਨ ਵਾਲਾ ਸੀ, ਉਹ ਕਿਉਂ ਨਹੀਂ ਕੀਤਾ ਜਾ ਰਿਹਾ? ਦੇਖੋ ਇਸ ਤਰ੍ਹਾਂ ਹੁੰਦਾ ਹੈ, ਪਹਿਲੀ ਗੱਲ ਤਾਂ ਅੱਜ ਬਹਿਸ ਇਸ ਕਰਕੇ ਕਰ ਰਹੇ ਹਾਂ ਬਡਾਲਾ ਸਾਹਿਬ ਕਿ ਅੱਜ ਇਸ਼ੂ ਇਹ ਹੈ, ਵਰਨਾ ਡਰੱਗਸ 'ਤੇ ਬਹੁਤ ਵਾਰੀ ਅਸੀਂ ਬਹਿਸ ਕਰ ਚੁੱਕੇ, ਅੱਜ ਇਸ਼ੂ ਇਹ ਹੈ ਡੋਪ ਟੈਸਟ ਦਾ, ਇਸ ਕਰਕੇ ਅਸੀਂ ਡੋਪ ਟੈਸਟ 'ਤੇ ਬਹਿਸ ਕਰ ਰਹੇ ਹਾਂ, ਇਸ ਤੋਂ ਬਾਹਰ ਨਹੀਂ ਜਾ ਰਹੇ। ਬਾਕੀ ਤਾਂ ਇਹ ਡਰੱਗ ਦੇ ਇਸ਼ੂ 'ਤੇ ਤਾਂ ਬਹੁਤ ਵਾਰੀ ਬਹਿਸਾਂ ਹੋਈਆਂ, ਤੁਸੀਂ ਜਿਹੜੀ ਗੱਲ ਕੀਤੀ ਹੈ ਹਾਈਕੋਰਟ ਦੀ, ਕਿਸੇ ਹੋਰ ਕੇਸ 'ਚ ਗਏ ਸੀ CM ਸਾਹਿਬ ਉੱਥੇ, ਅਤੇ ਜੱਜ ਨੇ ਚੌਧਰੀ ਨੇ ਕਿਹਾ ਵੀ ਤੁਸੀਂ ਡਰੱਗਸ ਬਾਰੇ CM ਸਾਹਿਬ, ਕਿਉਂਕਿ ਤੁਸੀਂ ਇੱਥੇ ਪ੍ਰੈਜੈਂਟ ਹੋ, ਆਈ ਵਿਲ ਮੇਕ ਯੂਜ਼ ਆਫ ਯੋਰ ਪ੍ਰੈਜੈਂਸ ਇਨ ਦਿਸ ਕੋਰਟ, ਸੋ ਆਈ ਵਿਲ ਰਿਕੁਐਸਟ ਯੂ ਕਿ ਯੂ ਮਸਟ ਇਨਸ਼ੋਰ ਕਿ ਜਿਹੜੀ ਡਰੱਗਸ ਵੀ ਕੁਛ ਹੋਣ, ਉਹਦੇ 'ਚ ਕੋਈ ਕੋਰਟ ਦਾ ਆਰਡਰ ਨਹੀਂ ਆ, ਹੋ ਇਟ ਇਜ਼ ਅ ਵੈਰੀ ਇਨਫੋਰਮਲ ਡਾਇਰੈਕਸ਼ਨ ਫਰੋਮ ਦੀ ਕੋਰਟ, ਤੁਸੀਂ ਕੋਈ ਸੀਰੀਅਸ ਵਾਲੀ ਗੱਲ ਨਹੀਂ ਹੈਗੀ। ਨਹੀਂ ਨਹੀਂ ਸੀਰੀਅਸ, ਉਹ ਹੈ ਸੀਰੀਅਸ, ਫਿਰ ਉਹੀ ਗੱਲ, ਡਰੱਗ ਇਟਸੈਲਫ ਇਜ਼ ਅ ਸੀਰੀਅਸ ਇਸ਼ੂ, ਲੇਕਿਨ ਜੇ ਡਰੱਗ ਦੇ ਉੱਤੇ ਸਖਤਾਈ ਨਹੀਂ ਕੀਤੀ ਗਈ, ਪਹਿਲਾਂ ਦੇਖੋ ਜਿਹੜਾ ਵੀ ਬੰਦਾ ਪਬਲਿਕ ਲਾਈਫ 'ਚ ਹੈ, ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਪਬਲਿਕ ਸਰਵੈਂਟ ਹੈ, ਚਾਹੇ ਮਤਲਬ ਪਬਲਿਕ ਮੈਨ ਹੈ, ਉਹਨੂੰ ਆਪਣਾ ਜਿਹੜਾ ਕਿਰਦਾਰ ਹੈ ਉਹ ਸਰਵਉੱਚਮ ਰੱਖਣਾ ਪਏਗਾ। ਜੇ ਉਹ ਆਪਣਾ ਕਿਰਦਾਰ ਸਰਵਉੱਚਮ ਨਹੀਂ ਰੱਖ ਸਕਦਾ, ਕਰਪਟ ਪੋਲੀਟੀਸ਼ੀਅਨ ਕੈਨ ਨਾਟ ਸੇ ਔਨ ਦਾ ਸਟੇਜ ਕਿ ਕਰਪਸ਼ਨ ਖਤਮ ਕਰੋ, ਇਹ ਡਰੱਗ ਅਡਿਕਟ ਪੋਲੀਟੀਸ਼ੀਅਨ ਕੈਨ ਨਾਟ ਸਟੇ ਕਿ ਡਰੱਗਸ ਖਤਮ ਕਰੋ, ਇਹ ਡਰੱਗ ਅਡਿਕਟਡ ਪੁਲਿਸਮੈਨ ਕੈਨ ਨਾਟ ਸਟੇ ਕਿ ਡਰੱਗ ਖਤਮ ਕਰੋ। ਵੀ ਵਿਲ ਹੈਵ ਟੂ ਬੀ ਐਜ਼ ਐਨ ਐਗਜ਼ਾਮਪਲ, ਐਂਡ ਦੈਟ ਇਜ਼ ਦੈਟ ਕੈਨ ਓਨਲੀ ਹੈਪਨ ਇਫ ਯੂ ਹੈਵ ਅ ਰਿਕਾਰਡ। ਜੇ ਤੁਹਾਡੇ ਕੋਲ ਰਿਕਾਰਡ ਆ ਜਿਹੜੇ ਐਲਾਨ ਦੇ ਨਾਲ ਹੋ ਜਾਣੀ ਚਾਹੀਦੀ ਸੀ ਨਾ, ਜੇ ਐਗਜ਼ਾਮਪਲ ਸੈੱਟ ਕਰਨੇ ਜਦੋਂ ਫੈਸਲਾ ਲੈ ਰਹੇ ਉਹਦੇ ਕਰਦੇ ਨਹੀਂ ਸੀ ਐਗਜ਼ਾਮਪਲ ਸੈੱਟ, ਵੀ ਅਸੀਂ ਵੀ ਤਿਆਰ ਆ, ਅਸੀਂ ਵੀ ਆ ਗਏ। ਹੋਏਗਾ, ਤੁਸੀਂ, ਤੁਹਾਨੂੰ ਮੈਂ ਪਹਿਲਾਂ ਵੀ ਹੋਏਗਾ, ਕਿਉਂ ਇੰਨਾ ਲੇਟ ਕਿਉਂ ਕਰਦੇ ਤੁਸੀਂ? ਸਰਕਾਰੀ ਲਾਜ ਇੱਕ ਮਿੰਟ ਕਰ ਸਿਰ ਤਲੀ ਤੇ ਸਰੋਂ ਨਾ ਜਮਾਓ, ਸਰਕਾਰਾਂ ਤਲੀ ਤੇ ਸਰੋਂ ਨਹੀਂ ਜਮਾਉਂਦੀਆਂ ਹੁੰਦੀਆਂ। ਇੰਤਜ਼ਾਰ ਕਰੋ, ਤੁਸੀਂ ਵੀ 10 ਸਾਲ ਇੰਤਜ਼ਾਰ ਕਰਵਾਇਆ, ਤਲੀਆਂ ਤੇ ਸਰੋਂ ਇੰਤਜ਼ਾਰ ਕਰੋ, ਬਿਲਕੁਲ ਨਹੀਂ ਇੰਤਜ਼ਾਰ, ਅੱਜ ਤਾਂ DSP ਡਿਸਮਿਸ ਕਰਤਾ, ਅੱਜ ਤਾਂ ਥਾਣੇਦਾਰ ਅੰਦਰ ਕਰਤਾ। ਦੱਸਣ ਲੱਗਾ ਜੀ, ਕਿੰਗਰਾ ਸਾਹਿਬ ਨੂੰ ਇਹਨਾਂ ਨੇ ਡੋਪ ਦੀ ਗੱਲ ਕੀਤੀ, ਠੀਕ ਹੈ, ਟੂਡੇ ਦਾ ਇਸ਼ੂ ਇਜ਼ ਅਬਾਊਟ ਡੋਪ ਟੈਸਟਸ ਐਂਡ ਆਪਣੇ ਰਿਗਾਰਡਿੰਗ ਦੀ ਪ੍ਰੋਸੀਜਰਸ ਗਵਰਨਮੈਂਟ ਜਿਹੜੇ ਅਡੋਪਟ ਕਰਦੀ ਆ, ਸਪੈਸ਼ਲੀ ਜਿਹੜਾ ਉਹਨੇ ਕਿਹਾ ਮੁਲਾਜ਼ਮਾਂ ਦਾ, ਬਟ ਕਿੰਗਰਾ ਸਾਹਿਬ ਦਾ ਹੋਲ ਬੈਕਗਰਾਊਂਡ ਦੈਟ ਇਜ਼ ਇਨ ਰਿਲੇਸ਼ਨ ਵਿਦ ਦਿਸ ਇਸ਼ੂ ਇਜ਼ ਡਰੱਗ, ਸੋ ਦੈਟ ਮੀਨਸ ਵੀ ਹੈਵ ਟੂ ਡਿਸਕਸ ਡਰੱਗਸ ਆਲਸੋ। ਅਗਲੀ ਗੱਲ, ਕਾਂਗਰਸ ਦੇ MLAs ਨੇ, ਇੱਕ ਆਪਣੇ ਐਕਸ ਮਿਨਿਸਟਰ ਨੇ ਵੀ ਬਹੁਤ ਸੀਰੀਅਸ ਐਲੀਗੇਸ਼ਨ ਲਾਏ ਸੀਗੇ ਵੀ ਉਹ, ਉਹਨਾਂ ਨੇ ਕਿਹਾ ਸੀ ਵੀ ਆਰ ਪਾਰਟ ਐਂਡ ਪਾਰਸਲ ਆਫ ਦਿਸ ਗਵਰਨਮੈਂਟ, ਬਟ ਵੀ ਡੋਂਟ ਨੋ ਵਟ ਦਾ ਗਵਰਨਮੈਂਟ ਇਜ਼ ਡੂਇੰਗ, ਕਿਸ ਡਾਇਰੈਕਸ਼ਨ ਵਿੱਚ ਸਰਕਾਰ ਜਾ ਰਹੀ ਆ। ਉਹਨਾਂ ਨੇ ਪੁਲਿਸ ਵਾਲਿਆਂ 'ਤੇ ਵੀ ਇਲਜ਼ਾਮ ਲਾਇਆ ਅਤੇ ਕਈ ਤਰ੍ਹਾਂ ਦੀ ਉਹਨਾਂ
ADGP Harpreet Singh Sidhu in charge of STF. And dekho, above politics, above party lines, I'll say that jadon Harpreet Singh Sidhu nu banaya, Shashi Kant ji, inna pata, he was also an ADGP. Oh, Punjab nu aas baj gayi si vi hor kuch na kuch hoga. Because bada, he was a very apne person full of integrity. People believe in him. अच्छा जो उन्हें बिलीव करते हैं जी अकाली दल भी बिलीव करता बिल्कुल एवरीबॉडी ऑन हिज क्रेडेंशियल्स ऑन हिज क्रेडेंशियल्स ठीक है जी ऑन हिज सर्विस रिकॉर्ड सिद्धू एंड सिद्धू कंपनी कह दिया मजीठिया साहब ने चलो ओदी सर्विस रिकॉर्ड दी गल करता जी सिद्धू साहब तो बहुत कुछ कहंदे जी सिद्धू साहब ने जैसे हरप्रीत के बारे कहा सी सिद्धू एंड सिद्धू कंपनी है अच्छा एक अगली गल जी जदों अपने एसटीएफ ने अपना काम करना शुरू किया एंड सीनियर पुलिस जेडे हैगे ऑफिसर्स इन्वॉल्व हो गए ओदे विच ते गवर्नमेंट ने कोई एक्शन नहीं लिया कोई एक्शन नहीं लिया ਉਹ ਐਸ ਟੀ ਐਫ ਦੀ ਰਿਪੋਰਟ ਹਾਈ ਕੋਰਟ ਗਈ ਇਟ ਇਜ਼ ਇਨ ਅ ਸੀਲਡ ਐਨਵਲਪ ਉਹ ਤੋਂ ਬਾਅਦ ਹੁਣ ਸਰਕਾਰ ਨੇ ਇੱਕ ਸਟੈਪ ਚੱਕਿਆ ਆ ਬਟ ਵਾਟ ਵਾਜ਼ ਦ ਯੂਜ਼ ਆਫ ਐਸ ਟੀ ਐਫ ਜੇ ਐਸ ਟੀ ਐਫ ਬਣਾਈ ਜਦ ਉਹਦਾ ਕੋਈ ਲਾਗੂ ਨਹੀਂ ਕਰਨਾ ਮੈਂ ਦੱਸਦਾ ਉਹਦੇ ਬਾਰੇ ਉਹਦਾ ਕੋਈ ਜਿਹੜੇ ਅਫਸਰ ਆਪਣੇ ਹੈਗੇ ਕਸੂਰਵਾਰ ਬਡਾਲਾ ਸਾਹਿਬ ਉਹਦਾ ਅਗੇਂਸਟ ਮੂਵ ਨਹੀਂ ਕਰਨਾ ਐਸ ਟੀ ਐਫ ਦਾ ਕੀ ਫਾਇਦਾ ਠੀਕ ਹੈ ਨਹੀਂ ਗੱਲ ਸ਼ਸ਼ੀ ਗਾਂਧੀ ਇੱਕ ਮਿੰਟ ਹਰਦੀਪ ਸ਼ਸ਼ੀ ਗਾਂਧੀ ਪੰਜਾਬ ਪੁਲਿਸ ਦਾ ਡੋਪ ਟੈਸਟ ਹੋਣਾ ਚਾਹੀਦਾ ਕਿਉਂਕਿ ਹੁਣ ਤਾਂ ਕਹਿ ਦਿੱਤਾ ਗਿਆ ਨਾ ਜੀ ਤੁਸੀਂ ਪਹਿਲਾਂ ਮੰਨਦੇ ਸੀ ਹੋਣਾ ਚਾਹੀਦਾ ਨਹੀਂ ਡੋਪ ਟੈਸਟ ਜਿਹੜਾ ਹੈਗਾ ਜ਼ਰੂਰ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਦਾ ਹੈਗਾ 2011 ਦੇ ਵਿੱਚ ਜਾਂ 2010 ਦੇ ਵਿੱਚ ਇਹ ਸਾਰਾ ਪ੍ਰਪੋਜ਼ਲ ਚੱਲਿਆ ਸੀ ਕਿ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਉਹਨਾਂ ਦਾ ਡਿਟੇਲ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਪਰ ਸਾਰੀ ਗੱਲ ਜਿਹੀ ਦੂਜੇ ਪਾਸੇ ਤੁਰ ਗਈ ਕਿ ਕਿੰਨਿਆਂ ਨੂੰ ਕਾਲਾ ਪੀ ਲਿਆ ਹੈਗਾ ਕਿੰਨਾਂ ਨੂੰ ਦੂਜਾ ਪੀ ਲਿਆ ਹੈਗਾ ਕੀ ਹੈਗਾ ਔਰ ਉਸ ਵੇਲੇ ਉਹ ਜੋ ਰਿਪੋਰਟ ਆਈ ਹੈਗੀ ਸੀ ਮੈਨੂੰ ਯਾਦ ਹੈਗਾ ਉਹਦੇ ਵਿੱਚ ਏਡਸ ਦੇ ਬੰਦੇ ਵੀ ਆਏ ਸਨ ਜਿਨ੍ਹਾਂ ਨੂੰ ਇਸ ਕਰਕੇ ਏਡਸ ਹੋ ਗਈ ਸੀ ਜਿਹੜੇ ਬੰਦੇ ਸਾਡੇ ਦਾ ਜੇਲ੍ਹਾਂ ਵਿੱਚ ਚਾਹੀਦੀ ਹੈ ਐਵਰੀਬਾਡੀ ਉਹਦੇ ਵਿੱਚ ਡਰੱਗਸ ਦੀ ਵੀ ਰਿਪੋਰਟ ਸੀ ਬਟ ਅਨਫੋਰਚੂਨੇਟਲੀ ਨੋ ਐਕਸ਼ਨ ਵਾਸ ਟੇਕਨ ਉਸ ਰਿਪੋਰਟ ਦੇ ਵਿੱਚ ਇਟ ਵਾਸ ਟਰੂ ਯੈਸ ਇੱਕ ਸੈਂਟੈਂਸ ਵਿੱਚ ਕਿਹਾ ਹਾਂ ਡੋਪ ਟੈਸਟ ਹੋਣਾ ਚਾਹੀਦਾ ਸਾਰਿਆਂ ਦਾ ਹੋਣਾ ਚਾਹੀਦਾ ਸਟਾਰਟ ਵਿਦ ਪੋਲੀਟੀਸ਼ੀਅਨਸ ਪਰ ਉਹਨਾਂ ਨੂੰ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਕਰਾਓ ਇਹ ਨਹੀਂ ਕਿ ਫਿਰ ਉਹਨਾਂ ਦਾ ਜਿਹੜਾ ਹੈਗਾ ਯੂਰਿਨ ਇਜ਼ ਨੋਰਮਲ ਬਲੱਡ ਇਜ਼ ਨੋਰਮਲ ਜੇ ਤੁਸੀਂ ਉਹਨੂੰ ਫਿਰ 90 ਦਿਨ ਤੋਂ ਟਕਾ ਦਿਓ ਤਾਂ ਹੋ ਸਕਦਾ ਉਹਨਾਂ ਦੇ ਬਾਲ ਮੇਰੇ ਨਹੀਂ ਹੈਗੇ ਨੇ ਉਹਨਾਂ ਦੇ ਤਾਂ ਸਾਰੇ ਹੈਗੇ ਨੇ ਰੱਬ ਸੁੱਖ ਰੱਖੇ ਉਹਦੇ ਵਿੱਚ ਹੀ ਨਾ ਨਿਕਲੇ ਕਰਨਾ ਤਾਂ ਫੌਰਨ ਅੱਜ ਕੱਲ੍ਹ ਚ ਕਰਾਓ ਇੱਕ 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 ਹੋਰ ਵੀ ਟਰਮ ਹੈਗੀ ਹੈ ਸਪੋਰਟਸ ਦੇ ਵਿੱਚ ਨੋ ਅਬਾਊਟ ਕਲੌਜ਼ ਸ਼ਾਇਦ ਕੋਈ ਇਹੋ ਜੀ ਦੇਰ ਇਜ਼ ਐਨ ਕੇਸ ਜਿਹੜੀ ਇੱਕ ਟਰਮ ਹੈਗੀ ਹੈ ਸਪੋਰਟਸ ਦੇ ਵਿੱਚ ਬਿਨਾਂ ਦੱਸੇ ਡੋਪ ਟੈਸਟ ਨਹੀਂ ਨਹੀਂ ਉਹ ਹੁੰਦਾ ਹੈਗਾ ਬਿਟਵੀਨ ਦ ਗੇਮਸ ਉਹਨੂੰ ਕਹਿੰਦੇ ਆ ਰੈਂਡਮ ਟੈਸਟਿੰਗ ਰੈਂਡਮ ਸੈਂਪਲਿੰਗ ਦੈਟਸ ਕਾਲਡ ਰੈਂਡਮ ਵੀ ਕਹਿੰਦੇ ਆ ਜੀ ਨਾਡਾ ਜਿਹੜਾ ਹੈ ਨਾਡਾ ਕੋਲੇ ਦੋ ਕਿਸਮ ਦਾ ਹੈ ਇੱਕ ਤਾਂ ਜਿਹੜਾ ਕੈਂਪ ਦੇ ਵੀ ਸੈਂਪਲਿੰਗ ਹੁੰਦੀ ਹੈ ਇੱਕ ਪਲੇਅਰ ਦੇ ਜਾਣ ਤੋਂ ਪਹਿਲਾਂ ਹੁੰਦੀ ਹੈ ਇੱਕ ਪਲੇਅਰ ਦੇ ਇਵੈਂਟ ਖਤਮ ਕਰਨ ਤੋਂ ਬਾਅਦ ਹੁੰਦੀ ਹੈ ਇੱਕ ਰੈਂਡਮ ਸੈਂਪਲਿੰਗ ਹੁੰਦੀ ਹੈ ਜਦੋਂ ਮਰਜ਼ੀ ਪਲੇਅਰਾਂ ਨੂੰ ਰੋਕ ਕੇ ਉਹਦੀ ਮੇਰਾ ਸਵਾਲ ਇਹ ਹੀ ਹੈ ਰੈਂਡਮ ਸੈਂਪਲਿੰਗ ਹੋਣੀ ਚਾਹੀਦੀ ਹੈ ਜੇ ਸੱਚ ਪਤਾ ਕਰਨਾ ਅਸਲੀ ਸੱਚ ਪਤਾ ਆਈ ਐਗਰੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਪੋਰਟਸਮੈਨਾਂ ਦੇ ਉੱਤੇ ਇੰਨੀ ਨਿਗੇਲ ਕੱਸੀ ਜਾ ਸਕਦੀ ਹੈ ਡਾਕਟਰ ਸਾਹਿਬ ਨੇ ਐਕਸਪਲੇਨ ਤਾਂ ਕਰਤਾ ਨਹੀਂ ਮੈਂ ਦੱਸਦਾ ਤੁਹਾਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈਗਾ ਏਸ਼ੀਆ ਦੇ ਵਿੱਚ ਤਿੰਨ ਕ੍ਰੈਡਿਟਡ ਲੈਬੋਰਟਰੀਜ਼ ਹੈ ਇੱਕ ਸਿੰਗਾਪੁਰ 'ਚ ਹੈ ਇੱਕ ਜਾਪਾਨ 'ਚ ਹੈ ਇੱਕ ਆਪਣੀ ਦਿੱਲੀ ਵਾਲੀ ਸਵਾਲ ਉਹ ਹੈ ਹੀ ਨਹੀਂ ਕਿੰਗਰਾ ਸਾਹਿਬ ਸਵਾਲ ਇਹ ਹੈ ਰੈਂਡਮ ਗੋਲਮੋਲ ਪਤਾ ਨਹੀਂ ਕਿਉਂ ਕਰ ਜਾਂਦੇ ਹੋ ਮੈਨੂੰ ਵੀ ਥੋੜਾ ਬਹੁਤ ਪਤਾ ਨਾਡਾ ਵਾਡਾ ਬਾਰੇ ਕਿੰਗਰਾ ਸਾਹਿਬ ਮੇਰਾ ਸਵਾਲ ਬੜਾ ਸਿੰਪਲ ਹੈ ਤੁਸੀਂ ਬੜਾ ਕੰਮ ਕੀਤਾ ਸੁਦੇਸ਼ ਢੀਡਸਾ ਨਾਲ ਵੀ ਤੁਸੀਂ ਕੰਮ ਕੀਤਾ ਜਦੋਂ ਕਮਨਵੈਲਥ ਗੇਮਸ ਹੋਈਆਂ ਕਲਮਾੜੀ ਸਾਹਿਬ ਨਾਲ ਵੀ ਕੰਮ ਕੀਤਾ ਮੇਰਾ ਸਵਾਲ ਹੈ ਕਿੰਗਰਾ ਸਾਹਿਬ ਬੜਾ ਸਿੰਪਲ ਸਵਾਲ ਮੈਂ ਕਰ ਰਿਹਾ ਤੁਹਾਨੂੰ ਰੈਂਡਮ ਸੈਂਪਲਿੰਗ ਹੋਣੀ ਚਾਹੀਦੀ ਹੈ ਕੋਈ ਹੱਲ ਨਿਕਲ ਸਕਦਾ ਨਹੀਂ ਰੈਂਡਮ ਸੈਂਪਲਿੰਗ ਕਰਨਾ ਕੋਈ ਤਾਂ ਐਨੀਬਾਡੀ ਕੈਨ ਦੇਖੋ ਜੇ ਜੇ ਕਿਵੇਂ ਹੋਊਗੀ ਰੈਂਡਮ ਸੈਂਪਲਿੰਗ ਮੈਂ ਦੱਸਦਾ ਤੁਹਾਨੂੰ ਕਿੰਗਰਾ ਸਾਹਿਬ ਮੈਂ ਦੱਸਦਾ ਜਿਸ ਬੰਦੇ ਨੇ ਡੋਪ ਟੈਸਟ ਕਰਾਉਣਾ ਹੈ ਜੇ ਉਹੀ ਬੇਈਮਾਨ ਹੈ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਮੈਂ ਡੋਪ ਲੈਣਾ ਤੇ ਇਹ ਤਾਂ ਉਹੀ ਗੱਲ ਕਰਦੀ ਸੀ ਨਾ ਮਤਲਬ ਕੀ ਹੋਊਗਾ ਫਿਰ ਡੋਪ ਟੈਸਟ ਨਾਲ ਕੀ ਹੋਊਗਾ ਫਿਰ ਮੇਰਾ ਸਵਾਲ ਦਾ ਜਵਾਬ ਦਿਓ ਤੁਸੀਂ ਨਹੀਂ ਡੋਪ ਟੈਸਟ ਨਾਲ ਇਹੀ ਹੋਏਗਾ ਪਬਲਿਕ ਸਰਵਿਸ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਬਹੁਤ ਜ਼ਰੂਰੀ ਹੈ ਪੋਲੀਟੀਸ਼ੀਅਨਸ ਦਾ ਨਹੀਂ ਪੋਲੀਟੀਸ਼ੀਅਨਸ ਦਾ ਨਹੀਂ ਉਹ ਵੀ ਪਬਲਿਕ ਸਰਵਿਸ ਨਹੀਂ ਅੱਜ ਮੈਂ ਕਹਿਣਾ ਜੀ ਬਿਲਕੁਲ ਹੋਣਾ ਚਾਹੀਦਾ ਪੋਲੀਟੀਸ਼ੀਅਨਸ ਫਰਮ ਆਲ ਪੋਲੀਟੀਕਲ ਪਾਰਟੀਜ਼ ਦੇ ਸ਼ੁਡ ਆਫਰ ਥੈਮਸੈਲਵਸ ਫਾਰ ਰੈਂਡਮ ਟੈਸਟਿੰਗ ਮੈਂ ਆਫਰ ਕੀ ਮੈਂ ਤਾਂ ਕਹਿੰਦਾ ਕੰਪਲਸਰੀ ਕਰ ਦਿਓ ਦੇਖ ਲੈਣੇ ਆ ਸਵਾਲ ਬੜੇ ਟੈਕਨੀਕਲ ਇਸ਼ੂ ਖੜੇ ਹੋ ਜਾਂਦੇ ਆ ਜਦੋਂ ਇਹੋ ਜੀ ਗੱਲ ਆਉਂਦੀ ਆ ਸਾਹਮਣੇ ਕਿਉਂਕਿ ਇਹਨਾਂ ਸਵਾਲਾਂ ਦੇ ਵਿਚਾਰ ਠੀਕ ਹੈ ਟੈਕਨੀਕਲ ਇਸ਼ੂ ਹੈਗਾ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਬਹੁਤ ਸਾਰੇ ਹੈਗੇ ਆ ਤੁਸੀਂ ਕਿਹਨੂੰ ਨਸ਼ਾ ਮੰਨਦੇ ਹੋ ਕਿਹਨੂੰ ਨਹੀਂ ਮੰਨਦੇ ਕਿਹੜਾ ਡੋਪ ਵਿੱਚ ਆਉਂਦਾ ਕਿਹੜਾ ਨਹੀਂ ਆਉਂਦਾਗਾ ਸਵਾਲ ਬਹੁਤ ਸਾਰੇ ਹੈਗੇ ਆ ਅਸੀਂ ਅਵੇਅਰਨੈਸ ਕਿਵੇਂ ਫੈਲਾਵਾਂਗੇ ਸਵਾਲ ਇਹ ਵੀ ਹੈਗਾ ਦੱਸਾਂਗੇ ਕਿਵੇਂ ਕਿ ਇਹ ਦਵਾਈ ਹੈ ਜਿਹੜੀ ਉਹ ਡੋਪ ਵਿੱਚ ਆ ਸਕਦੀ ਹੈ ਡੋਪ ਟੈਸਟ ਵਿੱਚ ਪੋਜ਼ਿਟਿਵ ਆ ਸਕਦੀ ਹੈ ਉਹ ਕਿਵੇਂ ਦੱਸਾਂਗੇ ਹਜੇ ਅਸੀਂ ਸਪੋਰਟਸਮੈਨਾਂ ਨੂੰ ਸਪੋਰਟਸ ਪਰਸਨ ਨੂੰ ਸਮਝਾ ਨਹੀਂ ਸਕੇ ਅਤੇ ਸਾਰੀ ਜਨਤਾ ਨੂੰ ਸਮਝਾਉਣਾ ਹੈ ਬਹੁਤ ਵੱਡਾ ਸਵਾਲ ਹੈ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਸਿਆਸੀ ਆਗੂਆਂ ਨੂੰ ਡੋਪ ਟੈਸਟ ਵਿੱਚ ਪਬਲਿਸਿਟੀ ਸਟੰਟ ਕਿਉਂ ਨਜ਼ਰ ਆਉਂਦਾ ਇਸ ਸਵਾਲ 'ਤੇ ਬਹਿਸ ਕਰਾਂਗੇ ਪਰ ਉਸ ਬਹਿਸ ਨੂੰ ਅੱਗੇ ਤੋਰਨ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਇਸ ਡੋਪ ਟੈਸਟ ਦੇ ਐਲਾਨ ਤੋਂ ਬਾਅਦ ਕੀ ਕਿਹਾ ਪਹਿਲਾਂ ਉਹ ਸੁਣ ਲਈਏ ਬਾਜਵਾ ਸਾਹਿਬ ਕੀ ਸ਼ਰਾਬ ਦਾ ਨਸ਼ਾ ਜਿਹੜਾ ਹੈਗਾ ਉਸਨੂੰ ਵੀ ਇਸ ਡੋਪ ਟੈਸਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਨਾ ਸ਼ਰਾਬ ਦਾ ਨਸ਼ਾ ਨਹੀਂ ਕਿਉਂਕਿ
ਉਹ ਗੁਨਾਹ ਬਸ ਇਹ ਨਹੀਂ ਗੱਲ ਸ਼ਰਾਬ ਨੂੰ ਤੁਸੀਂ ਨਸ਼ਾ ਮੰਨਦੇ ਹੋ ਹਾਂ ਨਸ਼ਾ ਹੈ ਜੇ ਐਕਸੈਸ ਪੀਓ ਉਂਝ ਨਹੀਂ ਨਸ਼ਾ ਅਤੇ ਪਿਛਲੀ ਸਰਕਾਰ ਵਿੱਚ ਸੁਰਜੀਤ ਜਾਣੀ ਸਿਹਤ ਮੰਤਰੀ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਕਾਂਗਰਸ ਨੇ ਉਸ ਵੇਲੇ ਉਹਨਾਂ ਦਾ ਵਿਰੋਧ ਕੀਤਾ ਸੀ ਕਿਤੇ ਇਹ ਤਾਂ ਨਹੀਂ ਕਿ ਇਸ ਤਰੀਕੇ ਦਾ ਬਿਆਨ ਦੇਣ ਦੇ ਨਾਲ ਤੁਹਾਡਾ ਵੀ ਵਿਰੋਧ ਕਾਂਗਰਸ ਕਰਨ ਲੱਗ ਜਾਏ ਚਲੋ ਕਾਂਗਰਸੀ ਵਿਰੋਧ ਕਰਨ ਉਹਨਾਂ ਦਾ ਸਿਰ ਮੱਥੇ ਪਰ ਜਦੋਂ ਬਾਈਪਾਸ ਹੁੰਦਾ ਮੇਰਾ ਡਾਕਟਰ ਲਿਖ ਕੇ ਦਿੰਦੇ ਨੇ ਅਤੇ ਦੋ ਪੈਗ ਛੋਟੇ ਤੁਸੀਂ ਪੀ ਸਕਦੇ ਡਾਕਟਰ ਸਾਹਿਬ ਡਾਟਾ ਪਹਿਲਾਂ ਮੈਂ ਸੈਸਨ ਕੋਲ ਜਾਊਂਗਾ ਕਿਉਂਕਿ ਉਸ ਤੋਂ ਪਹਿਲਾਂ ਪਿਛਲੇ ਹੈਲਥ ਮਿਨਿਸਟਰ ਨੇ ਵੀ ਇਹ ਸਵਾਲ ਦਾ ਜਵਾਬ ਦਿੱਤਾ ਸੀਗਾ ਆਪਦੇ ਤਰੀਕੇ ਨਾਲ ਬਾਇਓ ਸਾਹਿਬ ਵੀ ਜਵਾਬ ਦੇ ਰਹੇ ਹੈਗੇ ਤੁਸੀਂ ਕਹਿ ਰਹੇ ਹੋ ਸ਼ਰਾਬ ਨਸ਼ਾ ਦੇਖੋ ਉਹ ਕਹਿੰਦੇ ਐਕਸੈਸ ਤੇ ਫਿਰ ਨਾਲ ਉਹਨਾਂ ਨੇ ਕਿਹਾ ਡਾਕਟਰ ਲਿਖ ਕੇ ਦਿੰਦੇ ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਕੀਤਾ ਜਵਾਬ ਨਹੀਂ ਦਿੰਦੇ ਮੇਰੇ ਸਵਾਲ ਦਾ ਮੈਂ ਜਵਾਬ ਦੇ ਰਿਹਾ ਹਾਂ ਕੋਈ ਡਾਕਟਰ ਨਹੀਂ ਇਹ ਲਿਖ ਕੇ ਦਿੰਦਾ ਹਾਂ ਇਹ ਗਲਤ ਗੱਲ ਹੈ ਤੇ ਹੋ ਸਕਦਾ ਦਿਲ ਦਾ ਡਾਕਟਰ ਲਿਖ ਕੇ ਦਿੰਦਾ ਹੋਵੇ ਤੁਹਾਨੂੰ ਨਾ ਪਤਾ ਹੋਵੇ ਦਿਲ ਦੀ ਗੱਲ ਜਿਹੜਾ ਡਾਕਟਰ ਨਾ ਹੋਵੇ ਬਹੁਤ ਕੁਝ ਲਿਖ ਸਕਦਾ ਹਾਂ ਜਿਹੜਾ ਡਾਕਟਰ ਹੈ ਹੀ ਨਹੀਂ ਜਾਂ ਜਿਹੜਾ ਡਾਕਟਰ ਦੀ ਬਜਾਏ ਕੁਆਲੀਫਾਈਡ ਤਾਂ ਹੈਗਾ ਪਰ ਬਿਜ਼ਨਸਮੈਨ ਹੈ ਉਹ ਕੁਝ ਵੀ ਕਿਸੇ ਨੂੰ ਖੁਸ਼ ਕਰਨ ਵਾਸਤੇ ਕਹਿ ਸਕਦਾ ਗਾਹਕ ਨੂੰ ਖੁਸ਼ ਕਰਨਾ ਨਾ ਅਦਰਵਾਈਜ਼ ਜਿਹੜਾ ਡਾਕਟਰੀ ਕਰ ਰਿਹਾ ਐਥੀਕਲੀ ਡਾਕਟਰੀ ਕਰ ਰਿਹਾ ਜਿਹੜੀ ਉਹਨੇ ਸਹੁੰ ਖਾਧੀ ਹਿਪੋਕ੍ਰੇਟਸ ਦੀ ਉਹਦੇ ਮੁਤਾਬਕ ਡਾਕਟਰੀ ਕਰਿਆ ਮਤਲੀ ਕੋਈ ਨਹੀਂ ਵੀ ਉਹਨੂੰ ਕਹੇ ਵੀ ਸ਼ਰਾਪੀਆ ਕਰ ਬਿਲਕੁਲ ਗਲਤ ਹੈ ਉਹ ਗੱਲ ਵੱਖਰੀ ਹੈ ਜਿਹੜਾ ਐਡਿਕਟ ਹੈ ਉਹਨੂੰ ਅਸੀਂ ਕਲੈਕਟ ਵੀ ਬੰਦ ਕਰ ਦੇ ਕਿਉਂਕਿ ਉਹਨੂੰ ਵਿਡਰਾਲ ਸਿੰਡਰੋਮ ਹੋ ਜਾਏਗਾ ਉਹ ਮਰ ਜਾਏਗਾ ਉਸ ਨਾਲ ਹੌਲੀ ਹੌਲੀ ਉਹਨੂੰ ਡੀਟੌਕਸੀਫਾਈ ਕਰਨਾ ਹੁੰਦਾ ਹੌਲੀ ਹੌਲੀ ਇਹ ਦੋ ਗੱਲਾਂ ਵੱਖਰੀਆਂ ਨੇ ਇੱਕ ਠੀਕ ਦੂਜੀ ਗੱਲ ਮੈਂ ਹੋਰ ਵੀ ਕਹਿਣਾ ਚਾਹਾਂਗਾ ਇੱਕ ਇਹ ਹੈ ਕਿ ਸਰਕਾਰਾਂ ਕੀ ਕਰਦੇ ਨੇ ਸਾਰੇ ਪੋਲੀਟੀਸ਼ੀਅਨ ਕੀ ਕਰਦੇ ਨੇ ਜੇ ਪੈਨਸ਼ਨ ਬੰਦ ਕਰਨੀ ਸੀ ਉਹਨਾਂ ਦੀ ਬੰਦ ਕਰਤੀ ਆਪਦੀ ਐਮ ਐਲ ਏ ਚਾਰ ਦਿਨ ਐਮ ਐਲ ਏ ਇੱਕ ਦਿਨ ਉਹਦੀ ਸੌਂਹ ਚੁੱਕਵਾ ਦਿਓ ਉਹਦੀ ਪੈਨਸ਼ਨ ਲੱਗਣੀ ਹੈ ਦੋ ਵਾਰ ਐਮ ਐਲ ਏ ਕਹੇਗਾ ਦੋ ਵਾਰ ਪੈਨਸ਼ਨ ਲੱਗਣੀ ਹੈ ਤਿੰਨ ਵਾਰ ਕਹੇਗਾ ਤਿੰਨ ਵਾਰ ਪੈਨਸ਼ਨ ਲੱਗਣੀ ਥੋੜ੍ਹੀ ਥੋੜ੍ਹੀ ਘੱਟਦੀ ਜਾਂਦੀ ਹੈ ਬਸ ਤੇ ਐਮ ਐਲ ਏ ਨੂੰ ਤਾਂ ਪੈਨਸ਼ਨ ਮਿਲੇਗੀ ਮੁਲਾਜ਼ਮਾਂ ਦੀ ਪੈਨਸ਼ਨ ਵੀ ਬੰਦ ਕਰਤੀ ਹੁਣ ਮੁਲਾਜ਼ਮਾਂ ਦਾ ਟੈਸਟ ਕਰੋ ਵਲੰਟਰੀ ਕਿਉਂ ਯੂ ਸੇ ਕਿ ਜਿਹੜਾ ਵੀ ਪਬਲਿਕ ਲਾਈਫ 'ਚ ਹੈ ਚਾਹੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ ਚਾਹੇ ਬਲਾਕ ਸਮਿਤੀ ਦਾ ਚੇਅਰਮੈਨ ਹੈ ਚਾਹੇ ਉੱਥੇ ਮੈਂਬਰ ਹੈ ਚਾਹੇ ਉਹ ਅਸੈਂਬਲੀ ਦੇ ਨੇ ਚਾਹੇ ਉਹ ਪੰਚ ਸਰਪੰਚ ਨੇ ਕਿਉਂਕਿ ਪਬਲਿਕ ਦੇ ਵਿੱਚ ਨੇ ਜਾਂ ਇਹ ਪਬਲਿਕ ਲਾਈਫ ਨੂੰ ਗਿਣਨਾ ਕਿਉਂਕਿ ਉਹਨਾਂ ਨੂੰ ਚਾਹੇ ਆਨਰੇਰੀ ਮਿਲਦਾ ਚਾਹੇ ਥੋੜ੍ਹਾ ਮਿਲਦਾ ਚਾਹੇ ਬਹੁਤਾ ਮਿਲਦਾ ਸਾਰਿਆਂ ਦਾ ਕਰੋ ਸਾਰੇ ਪੰਜਾਬ ਦੇ ਡੋਪ ਟੈਸਟ ਹੋਊਗਾ ਖਰਚਾ ਕਿੰਨਾ ਆ ਜਾਣਾ ਤੂੰ ਸਾਡੇ ਕੋਲ ਤਾਂ ਖਜ਼ਾਨਾ ਪਹਿਲੇ ਖਾਲੀ ਹੈ ਇਹ ਕਰਦਾ ਮੈਂ ਬੇਨਤੀ ਇਹ ਕਰਦਾ ਨੰਬਰ 1 ਡੋਪ ਟੈਸਟ ਜਿਹੜਾ ਹੈ ਇਹ ਨਸ਼ਿਆਂ ਦਾ ਹੱਲ ਨਹੀਂ ਹੈ ਪਹਿਲੀ ਗੱਲ ਹੱਲ ਕੀ ਹੈ ਫਿਰ ਇਹ ਅਸੀਂ ਕੀ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਇੱਕ ਸਮਾਜਿਕ ਆਰਥਿਕ ਅਤੇ ਸਿਆਸੀ ਸਮੱਸਿਆ ਹੈ ਉਹਨੂੰ ਅਸੀਂ ਤਕਨੀਕੀ ਅਤੇ ਕਾਨੂੰਨ ਦੇ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਡੋਪ ਟੈਸਟ ਇਜ਼ ਤਕਨੀਕ ਉਹਦੇ ਉੱਤੇ ਗਾਹਾਂ ਕੇਸ ਬਣਾਉਣਾ ਇਜ਼ ਕਾਨੂੰਨ ਅਸੀਂ ਤਕਨੀਕੀ ਅਤੇ ਕਾਨੂੰਨੀ ਲੈ ਕੇ ਸਾਰੀਆਂ ਸਰਕਾਰਾਂ ਇਹੀ ਕਰਦੀਆਂ ਨੇ ਚਾਹੇ ਉਹ ਇਹ ਸਰਕਾਰ ਹੋਵੇ ਚਾਹੇ ਵੀ ਤਕਨੀਕੀ ਅਤੇ ਕਾਨੂੰਨੀ ਚੱਕਰ ਡੋਪ ਟੈਸਟ ਤੁਹਾਨੂੰ ਹੱਲ ਨਹੀਂ ਨਜ਼ਰ ਆਉਂਦਾ ਹੈ ਡੋਪ ਟੈਸਟ ਹੱਲ ਨਹੀਂਗਾ ਨਹੀਂ ਨਹੀਂ ਡੋਪ ਟੈਸਟ ਤਾਂ ਉਹਦਾ ਮੈਂ ਅੱਜ ਹੀ ਆਰਟੀਕਲ ਦੇਖਿਆ ਇੱਕ ਜਿਹੜਾ ਮੇਰੇ ਹੁਣੀ ਚਾਪਿਆ ਇਹ ਸਾਰੇ ਸਟੈਪ ਤਾਂ ਨੇ ਜੇ ਇੱਕ ਲੋਕ ਲਹਿਰ ਬਣੇਗੀ ਮੂਵਮੈਂਟ ਬਣੇਗੀ ਮੂਵਮੈਂਟ ਬਣਾਉਣੀ ਪੈਣੀ ਮੈਨੂੰ ਚਰਚਾ ਇੱਥੇ ਸਮਾਪਤ ਕਰਨੀ ਪਊਗੀ ਲੋਕ ਲਹਿਰ ਬਣਾਉਣੀ ਪਊਗੀ ਬਹੁਤ ਧੰਨਵਾਦ ਸਾਰੇ ਮਾਣਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੈਂਕਰ ਸਾਹਿਬ ਤੁਹਾਡਾ ਵਡਾਲਾ ਸਾਹਿਬ ਤੁਹਾਡਾ ਜਸਤੇਜ ਸਿੰਘ ਤੁਹਾਡਾ ਬਹੁਤ ਧੰਨਵਾਦ ਅਤੇ ਡਾਟਾ ਪਹਿਲਾਂ ਕਰਕੇ ਤੁਹਾਡਾ ਵੀ ਬਹੁਤ ਧੰਨਵਾਦ ਡੋਪ ਟੈਸਟ ਅਤੇ ਪਬਲਿਸਿਟੀ ਸਟੰਟ ਕਿਉਂ ਨਜ਼ਰ ਆ ਰਿਹਾ ਇਸ ਪਬਲਿਸਿਟੀ ਸਟੰਟ ਨੂੰ ਖਤਮ ਕਰਨਾ ਪਵੇਗਾ ਅਤੇ ਜੜ੍ਹ ਤੱਕ ਪਹੁੰਚਣਾ ਪਵੇਗਾ ਤਾਂ ਹੀ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕਦਾ ਹੈ ਆਸ਼ਾਵੰਦ ਰਹੋ ਆਸ਼ਾਵਾਦੀ ਰਹੋ ਮੈਂ ਵੀ ਆਸ਼ਾਵਾਦੀ ਹਾਂ ਨਸ਼ਾ ਮੁਕਤ ਹੋਵੇਗਾ ਪੰਜਾਬ ਬਹੁਤ ਧੰਨਵਾਦ